ਦੁਨੀਆ ਲਈ ਅਸੀਂ ਪਾਗਲ ਹਾਂ, ਸਾਡੇ ਲਈ ਦੁਨੀਆ ਪਾਗਲ ਹੈ, ਅਸਲੀ ਪਾਗਲ ਹੋਈ ਹੈ ਜੋ ਰੱਬ ਲਈ ਪਾਗਲ ਹੈ। ਹਰੇ ਕ੍ਰਿਸ਼ਨਾ, ਐਸੀ ਲੱਗੀ ਲਗਨ, ਲਗਨ ਤੇ ਲਗਾਣੀ ਵੜਦੀ ਐ, ਐਸੀ ਆਪਣੇ ਨਹੀਂ ਲੱਗਦੀ। ਕਿੱਦਾਂ ਲੱਗ ਗਈ ਫਿਰ? ਤੁਸੀਂ ਵੀ ਦੁਨੀਆ ਦੇਖ ਚੁੱਕੇ ਹੋ, ਅਸੀਂ ਵੀ ਦੁਨੀਆ ਦੇਖ ਚੁੱਕੇ ਹਾਂ, ਠੀਕ ਹੈ। ਮੇਰੀ ਮਤਲਬ 24 ਸਾਲ ਉਮਰ ਹੋ ਗਈ, ਤੁਹਾਡੀ ਉਮਰ ਕਿੰਨੀ? ਮੈਂ ਕੈਮਰੇ ਤੋਂ ਨਹੀਂ ਦੱਸ ਸਕਦਾ। ਮੈਂ ਹੈਰਾਨ ਹਾਂ ਤੁਸੀਂ ਖੁਸ਼ ਹੋ ਦੋਵੇਂ। ਤੁਸੀਂ ਦੇਖੋ ਸਾਡੇ ਕੋਲ ਕੁਛ ਨਹੀਂ ਹੈ, ਸਾਡੇ ਕੋਲ ਕੁਛ ਵੀ ਨਹੀਂ ਹੈ, ਤੁਹਾਡੇ ਕੋਲ ਬਹੁਤ ਕੁਛ ਹੋਣਾ। ਤੁਹਾਨੂੰ ਟੈਨਸ਼ਨ ਹੋਣੀ, ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੈ। ਤੁਹਾਨੂੰ ਹੋ ਸਕਦਾ 1,00,000 ਰੁਪਏ ਮਹੀਨੇ ਦੀ ਇਨਕਮ ਹੋਏ, ਸਾਨੂੰ 1,000 ਦੀ ਵੀ ਇਨਕਮ ਨਹੀਂ ਹੈ। ਕਾਲੀ ਦੁਨਾ ਨੀ ਗੱਡੀ ਦੇ ਸ਼ੀਸ਼ੇ ਕਾਲੇ, ਮੇਰੇ ਪਿੱਛੇ ਪਿੱਛੇ ਲੱਗੇ 24 ਘੰਟੇ ਪੁਲਿਸ ਵਾਲੇ, ਕਿਆ ਹੈ ਕਿਆ ਹੈ ਕੀ ਹੈ? ਚੱਪਲ ਤੁਸੀਂ ਦੂਸਰੀ ਪਹਿਨ ਕੇ ਜਾਓ, ਅੰਦਰ ਅਲਾਊਡ ਨਹੀਂ ਹੈਗਾ। ਅੱਛਾ, ਖੜਾਵਾ ਕਹਿੰਦੇ ਉਹਨੂੰ? ਹਾਂ, ਖੜਾਵਾ। ਲੈਦਰ ਨੀਲ ਪਾ ਕੇ ਲੈ ਕੇ ਜਾ ਸਕਦੇ ਹਾਂ। ਇਹ ਕਲਚਰ ਹੈ ਔਰ ਅੱਜ ਇਸੇ ਕਲਚਰ ਨੂੰ ਅਸੀਂ ਜੀਣ ਦੇ ਲਈ ਆਏ ਹਾਂ। ਕੰਕਰੀਟ ਦੇ ਜੰਗਲਾਂ ਤੋਂ ਦੂਰ ਇੱਕ ਜ਼ਿੰਦਗੀ ਲੋਕ ਇੱਥੇ ਵੀ ਬਿਤਾ ਰਹੇ ਹੈ। ਮੈਂ ਚਾਹੁੰਦਾ ਇੱਕ ਵਾਰੀ ਸਾਰੀਆਂ ਲਾਈਟਾਂ ਆਫ ਕਰਕੇ ਦੁਬਾਰਾ ਔਨ ਕਰੋ, ਪਤਾ ਤਾਂ ਲੱਗੇ ਹੀ ਬੈਠੇ ਕਿੱਥੇ ਹੋਏ ਹਾਂ। ਤੁਸੀਂ ਜਦੋਂ ਦੁਨੀਆਂ ਨੂੰ ਦੇਖਦੇ ਹੋਵੋਗੇ ਇੱਥੋਂ ਬਹਿ ਕੇ, ਉਹਨਾਂ ਤੇ ਹੱਸਦੇ ਤਾਂ ਹੋਵੋਗੇ ਨਾ, ਬਹਿ ਕੇ ਯਾਰ ਕੀ ਕਰੀ ਜਾਂਦੇ ਹੋਏ ਆ ਇਹ। ਸਾਨੂੰ ਕੋਈ ਵੀ ਕੁਛ ਵੀ ਕਹਿੰਦਾ ਨਾ, ਸਾਨੂੰ ਪਤਾ ਉਹ ਗਲਤ ਹੀ ਕਹਿ ਰਿਹਾ। ਕਹਿੰਦੇ ਤੁਹਾਨੂੰ ਪਾਗਲ ਵੀ ਕਹਿੰਦੇ ਲੋਕ ਪਿੱਛੇ ਕਹਿੰਦੇ ਹੋਣੇ, ਸਾਹਮਣੇ ਤਾਂ ਨਹੀਂ ਕਹਿੰਦੇ। ਨਹੀਂ, ਸਾਹਮਣੇ ਤਾਂ ਕੋਈ ਨਹੀਂ ਕਹਿੰਦਾ ਵੈਸੇ, ਇੱਕ ਉਲਟਾ ਰਿਸਪੈਕਟ ਹੀ ਕਰਦੇ ਆ ਉਹ ਚੀਜ਼ ਕਰਦੇ ਆ। ਤੁਸੀਂ ਸਾਡੇ ਬੂਟ ਲਵਾ ਤੇ, ਚੱਪਲਾਂ ਲਵਾ ਤੀਆਂ, ਕੈਮਰਾਮੈਨ ਨੰਗੇ ਪੈਰ ਨੇ ਸਾਡੇ। ਜਿਹੜੇ ਸ਼ੂਜ਼ ਹੈ ਉਹ ਤੁਸੀਂ ਬਾਥਰੂਮ 'ਚ ਵੀ ਯੂਜ਼ ਕਰੇ ਹੋਣੇ, ਕਿਤੇ ਨਾ ਕਿਤੇ ਯੂਜ਼ ਕਰ ਰਹੇ, ਉਹ ਸ਼ੁੱਧਤਾ ਨਹੀਂ ਰਹਿੰਦੀ। ਤਾਂ ਇਸੇ ਲਈ ਵੀ ਇਹ ਇੱਕ ਪੁਆਇੰਟ ਰਹਿੰਦਾ ਕਿ ਮਾਇੰਡ ਦੇ ਵਿੱਚ ਤੁਹਾਡੇ ਹਮੇਸ਼ਾ ਰਹੇ ਕਿ ਇਹ ਭਗਵਾਨ ਲਈ ਬਣਾ ਲਓ ਤੁਸੀਂ। ਚੁੱਲ੍ਹੇ ਦੀ ਇੰਪੋਰਟੈਂਸ ਕੀ ਹੈਗੀ, ਜਿਹੜੀ ਤੁਸੀਂ ਅੱਜ ਦੇ ਵਕਤ ਵੀ ਇਹ ਚੁੱਲ੍ਹਾ ਹੀ ਯੂਜ਼ ਕਰਦੇ ਪਏ? ਜੋ ਟ੍ਰੈਡੀਸ਼ਨ ਆਪਣਾ ਸੀਗਾ ਪਹਿਲਾਂ, ਉਹਨੂੰ ਅਸੀਂ ਵਾਪਸ ਲਿਆਉਣਾ ਚਾਹੁੰਦੇ ਹਾਂ। ਅਸੀਂ ਡਿਪੈਂਡ ਹੈ ਨਾ ਦੂਜਿਆਂ ਦੇ ਉੱਪਰ, ਅਸੀਂ ਕਹਿੰਦੇ ਅਸੀਂ ਆਜ਼ਾਦ ਹਾਂ, ਅਸੀਂ ਆਜ਼ਾਦ ਨਹੀਂ, ਅਸੀਂ ਗੁਲਾਮ ਹਾਂ। ਲੋਕਾਂ ਦੇ ਘਰ ਗੈਸ ਖਤਮ ਹੋ ਸਕਦੀ ਹੈ ਲੇਕਿਨ ਸਾਡੇ ਘਰ ਖਤਮ ਨਹੀਂ ਹੋ ਸਕਦੀ। ਲੋਕਾਂ ਦੇ ਘਰ ਦੁੱਧ ਖਤਮ ਹੋ ਸਕਦਾ ਲੇਕਿਨ ਸਾਡੇ ਘਰ ਨਹੀਂ ਹੋ ਸਕਦਾ, ਕਿਉਂ ਸਾਡੇ ਕੋਲ ਗਾਵਾਂ ਹੈਗੀਆਂ। ਲੋਕਡਾਊਨ ਦੇ ਵਿੱਚ ਲੋਕਾਂ ਦਾ ਕੀ ਹਾਲ ਹੋਇਆ? ਸਾਨੂੰ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਹੋਈ, ਅਸੀਂ 1.5 ਸਾਲ ਖੁੱਲ੍ਹੇ ਹੋ ਕੇ ਰਹੇ ਹਾਂ, ਕੋਈ ਦਿੱਕਤ ਵਾਲੀ ਗੱਲ ਨਹੀਂ ਹੋਈ। ਅਜੇ ਤਾਂ 1 ਸਾਲ ਪਹਿਲਾਂ ਤਾਂ ਨਹੀਂ ਸੀਗੀ ਇਹ ਤੁਹਾਡੀ ਜ਼ਿੰਦਗੀ, ਦੋਵਾਂ ਦੀ ਇਹ ਜ਼ਿੰਦਗੀ ਨਹੀਂ ਸੀ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਧਨ ਬਿਨ ਰਹਿਤ ਉਦਾਸ, ਥੋੜ੍ਹੇ ਥੋੜ੍ਹੇ ਤੋਂ ਭਈਆ ਸਭ ਦੁਖੀ ਸੁਖੀ ਰਾਮ ਕੇ ਦਾਸ। ਰਿਐਲਿਟੀ ਦੇ ਵਿੱਚ ਕੋਈ ਭਗਤੀ ਕਰ ਰਿਹਾ ਤਾਂ ਉਹ ਸੁਖੀ ਹੈ। ਪਾਲੋਗੇ ਰੱਬ ਨੂੰ? ਅਸੀਂ ਨਹੀਂ ਕਹਿ ਸਕਦੇ ਪਾਲਾਂਗੇ, ਲੇਕਿਨ ਸਾਨੂੰ ਵਿਸ਼ਵਾਸ ਹੈ। ਤੁਹਾਡੇ ਲਈ ਰੱਬ ਨੂੰ ਪਾਉਣ ਦਾ ਮਤਲਬ ਕੀ? ਕਿ ਤੁਸੀਂ ਬ੍ਰਹਮਚਰਿਆ ਦਾ ਪਾਲਣ ਕਰ ਰਹੇ ਹੋ, ਸੈਲੀਬੇਸੀ ਤੁਸੀਂ ਜਿਹੜੀ ਹੈਗੀ ਹੋ। ਸੈਲੀਬੇਸੀ ਤਾਂ ਇਸ ਲਈ ਕਰ ਰਹੇ ਹਾਂ ਕਿਉਂਕਿ ਰੱਬ ਨੂੰ ਪਸੰਦ ਹੈ। ਅਦਰਵਾਈਜ਼ ਅਗਰ ਭਗਵਾਨ ਕਹਿੰਦੇ ਤੁਸੀਂ ਬੱਚੇ ਕਰੋ ਤਾਂ ਸਾਨੂੰ ਬੱਚੇ ਕਰਨਾ। ਮੇਨ ਗੇਟ ਤੁਸੀਂ ਲੋਹੇ ਦਾ ਜਾਂ ਸਟੀਲ ਦਾ ਕਿਉਂ ਨਹੀਂ ਲਵਾਇਆ? ਚੋਰੀ ਚਾਰੀ ਦਾ ਡਰ ਨਹੀਂ ਲੱਗਦਾ? ਚੋਰੀ ਕੀ ਕਰਨੀ ਉੱਥੇ, ਇੱਟਾਂ ਮਿੱਟੀ ਦੀਆਂ, ਕੁਛ ਵੀ ਨਹੀਂ ਹੈਗਾ ਚੋਰੀ ਵਾਲਾ, ਇੱਥੇ ਕੀ ਚੋਰੀ ਕਰੇਗਾ ਕੀ? ਤੁਸੀਂ ਉਹ ਚੀਜ਼ ਕਮਾਓ ਜੋ ਤੁਹਾਡੇ ਕੋਈ ਖੋ ਨਹੀਂ ਸਕਦਾ, ਜੋ ਤੁਹਾਡੀ ਕਦੀ ਖਤਮ ਨਹੀਂ ਹੋ ਸਕਦੀ, ਜੋ ਕੀ ਹੈ ਭਗਤੀ। ਭਗਤੀ ਕੀ ਚੋਰੀ ਕਰੇਗਾ, ਭਗਤੀ ਕੀ ਖੋਏਗਾ? ਜਦੋਂ ਤੁਸੀਂ ਦੁਨੀਆਂ ਦੇ ਵਿੱਚ ਵਿਚਰਦੇ ਪਏ ਸੀਗੇ ਉਦੋਂ ਕੀ ਸ਼ੌਂਕ ਸ਼ੂਕ ਸੀਗੇ, ਕਿਸ ਤਰੀਕੇ ਦੇ ਸ਼ੌਂਕ? ਬਿਲਕੁਲ ਜਿਵੇਂ ਆਰਡੀਨਰੀ ਵਿਅਕਤੀ ਹੁੰਦਾ, ਵਾਲ ਨੂੰ ਸਜਾਉਣਾ, ਗੱਡੀਆਂ, ਮੋਟਰਸਾਈਕਲ, ਕੜੀਆਂ, ਕੱਪੜੇ, ਘੁੰਮਣਾ ਫਿਰਨਾ, ਖਾਣਾ ਪੀਣਾ ਬਾਹਰ, ਜੋ ਆਰਡੀਨਰੀ ਵਿਅਕਤੀ ਕਰ ਰਿਹਾ। ਤਿਆਗਤਾ? ਹਾਂ, ਤਿਆਗਤਾ ਕਹਿ ਸਕਦੇ। ਅਨੁਕੂਲ ਸੇ ਸੰਕਲਪ ਹੈ, ਪ੍ਰਤੀਕੂਲ ਸੇ ਵਰਜਨ। ਜੋ ਭਗਤੀ ਦੇ ਅਨੁਕੂਲ ਹੈ, ਜੋ ਸਾਨੂੰ ਸਪੋਰਟ ਕਰਦੀਆਂ ਡਿਵੋਸ਼ਨ ਨੂੰ, ਭਗਵਾਨ ਕ੍ਰਿਸ਼ਨ ਨੂੰ ਹੈਪੀ ਕਰਨ ਲਈ ਜਾਂ ਰੱਬ ਨੂੰ ਖੁਸ਼ ਕਰਨ ਲਈ, ਅਸੀਂ ਉਹ ਅਸੈਪਟ ਕਰਦੇ ਹਾਂ।
ਲੱਗਦਾ ਕਦੀ ਲੇਟ ਜੁੜੇ ਆ, ਜਲਦੀ ਜੁੜ ਗਏ ਛੋਟੇ ਛੋਟੇ ਬੱਚੇ? ਮੈਂ ਬਿਲਕੁਲ ਬਿਲਕੁਲ ਲੇਟ ਨਹੀਂ, ਬਹੁਤ ਜ਼ਿਆਦਾ ਲੇਟ ਹੋ ਗਿਆ, ਬਹੁਤ ਕੰਮ ਪੈਂਡਿੰਗ ਪਿਆ, ਬਹੁਤ ਕੰਮ ਇਹਦੇ, ਬੜਾ ਕੁਛ ਕਰਨਾ ਵਾ, ਬੜਾ ਕੁਛ ਇੰਟਰਨਲ ਕਰਨਾ ਹੈ ਨਾ, ਇੰਟਰਨਲ ਇੰਟਰਨਲੀ ਕੰਮ ਸਰੀਰ ਦੇ ਲੈਵਲ 'ਤੇ ਹੈ ਹੀ ਨਹੀਂ, ਹੈ ਆਤਮਾ ਦੇ ਲੈਵਲ 'ਤੇ। ਸਾਡੇ ਵਰਗਾ ਬੰਦਾ ਹੁਣ ਬਾਹਰ ਠੰਡ 'ਚ ਬੈਠਾ ਹੋਵੇ ਅਤੇ ਹੁਣ ਕਹਿ ਦੇ ਕਿ ਚਾਹ ਪੀ ਲੈਂਦੇ, ਚਾਹ ਪੀ ਲੈਂਦੇ, ਤੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਜੋ ਡਿਨਰ ਕਰ ਲਿਆ ਅੰਦਰ ਕੁਛ ਨਹੀਂ ਜਾਂਦਾ ਉਸ ਤੋਂ ਬਾਅਦ? ਨਹੀਂ, ਰੂਲਸ ਐਂਡ ਰੈਗੂਲੇਸ਼ਨ ਸਟ੍ਰਿਕਟ ਰਹੋਗੇ, ਸਟ੍ਰਿਕਟ ਤਾਂ ਹੀ ਤੁਸੀਂ ਅੱਗੇ ਵੱਧ ਪਾਓਗੇ, ਨਹੀਂ ਤਾਂ ਨਹੀਂ ਵੱਧ ਪਾਓਗੇ। ਇਹਦੀ ਟਿਪੀਕਲ ਇਗਜ਼ਾਮਪਲ ਹੈ ਗੁੱਡੀ ਦੀ, ਪਤੰਗ ਉਹ ਡੋਰ ਨਾਲ ਬੰਨੀ ਦੇਗੀ ਉੱਨੀ ਉੱਚੀ ਉੱਡੇਗੀ, ਡੋਰ ਕੱਟ ਜਾਏਗੀ ਥੱਲੇ ਡਿੱਗ ਜਾਏਗੀ। ਤਿੰਨ ਤਰ੍ਹਾਂ ਦੇ ਭੋਜਨ ਨੇ, ਤਮੋਗੁਣੀ ਭੋਜਨ ਵਿੱਚ ਸ਼ਰਾਬ, ਨੋਨ ਵੈਜ, ਅਤੇ ਰਜੋਗੁਣੀ ਭੋਜਨ ਵਿੱਚ ਮੰਨ ਲਓ ਤਲੀ ਵੀ ਚੀਜ਼ਾਂ ਹੋ ਗਈਆਂ, ਮਸਾਲੇਦਾਰ ਚੀਜ਼ਾਂ ਹੋ ਗਈਆਂ। ਸਤੋਗੁਣੀ ਭੋਜਨ ਦੇ ਵਿੱਚ ਹੋ ਗਿਆ ਸਿੰਪਲ ਭੋਜਨ, ਤੁਸੀਂ ਰਜੋਗੁਣੀ ਭੋਜਨ ਖਾਓਗੇ, ਰਜੋਗੁਣ ਮਤਲਬ ਪੈਸ਼ਨ ਡਿਜ਼ਾਇਰ, ਤਾਂ ਉਹ ਡਿਜ਼ਾਇਰ ਆਉਣਗੀਆਂ। ਤਮੋਗੁਣੀ ਖਾਓਗੇ ਤਾਂ ਤਮੋਗੁਣ ਦੇ ਵਿੱਚ ਜਾਓਗੇ, ਗੰਦੇ ਥੋਟਸ ਆਉਣਗੇ, ਲਸਟ ਆਏਗੀ, ਇਸ ਲਈ ਅਸੀਂ ਸਤੋਗੁਣੀ ਭੋਜਨ ਕਰਦੇ ਹਾਂ। ਪਲੱਸ ਸਤੋਗੁਣ ਹੀ ਸਾਨੂੰ ਹੈਲਪ ਵੀ ਕਰਦਾ, ਪਲੱਸ ਭਗਵਾਨ ਨੂੰ ਵੀ ਪ੍ਰੀ ਹੈ। ਮੈਨੂੰ ਤਾਂ ਤੁਸੀਂ ਥਾਲੀ ਦੇ ਦਿੱਤੀ, ਤੁਹਾਡੇ ਸਾਰਿਆਂ ਦੇ ਕੋਲ ਡੱਬੇ ਆ, ਤੁਸੀਂ ਥਾਲੀ 'ਚ ਖਾਣਾ ਨਹੀਂ ਖਾਂਦੇ? ਪਲੇਟ ਦੇ ਵਿੱਚ ਤੁਸੀਂ ਭਰ ਕੇ ਲੈ ਸਕਦੇ ਹੋ, ਪੰਜ ਖਾਣੇ ਬਣੇ ਹੋਏ, ਤੁਸੀਂ ਭਰਵਾ ਲਓ ਪੂਰੀ ਪਲੇਟ। ਡਿੱਬੇ ਦੇ ਵਿੱਚ ਲਿਮਿਟਿਡ ਤੁਸੀਂ ਲਓਗੇ ਨਾ, ਅਤੇ ਬ੍ਰਹਮਚਾਰੀ ਜੀਵਨ ਹੀ ਇਹੀ ਹੈ ਕਿ ਤੁਸੀਂ ਲਿਮਿਟ 'ਚ ਰਹੋ। ਆਈਫੋਨ ਅੱਜ ਆ ਗਿਆ 14, ਪਹਿਲਾਂ 13 ਵਿੱਚ ਵੀ ਲੋਕ ਪਸੰਦ ਸੀ, ਲੇਕਿਨ 14 ਆਉਣ ਤੋਂ ਬਾਅਦ ਪਰੇਸ਼ਾਨ ਹੋ ਗਏ, ਯਾਰ 14 ਹੋਣਾ ਚਾਹੀਦਾ। ਸਿੱਧਾ ਜਿਵੇਂ ਕੋਈ ਖੋਤਿਆਂ ਕੋਲ ਕੰਮ ਕਰਦੇ ਲੋਕ, ਖੋਤੇ ਨੂੰ ਸਾਰੇ ਉਮਰ ਸਾਰੀ ਦਿਹਾੜੀ ਕੰਮ ਕਰਾਉਂਦੇ, ਐਂਡ 'ਚ ਕੀ ਦਿੰਦੇ ਨਿੱਕੀ ਜੀ ਘਾਹ? ਇੱਕ ਬੰਦਾ ਹੀ ਚਲਾ ਰਿਹਾ ਉਹਨਾਂ, ਖੋਤੇ ਨੂੰ ਕਾਪ ਆ ਰਿਹਾ, ਉਹ ਚੱਲ ਰਿਹਾ। ਛੱਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ, ਲੋੜ ਹੋਵੇਗੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾ। ਪਹਿਲਾਂ ਤਾਂ ਨਹੀਂ ਏਦਾਂ ਸੀਗੇ ਤੁਸੀਂ, ਪਹਿਲਾਂ ਤਾਂ ਰੈਪਿੰਗ ਰੂਪਿੰਗ ਵੀ ਕਰਦੇ ਰਹੇ, ਹੁਨਰ ਤਾਂ ਸੀਗਾ ਯਾਰ? ਹੁਨਰ ਸੀ, ਲੇਕਿਨ ਹੁਣ ਸੇਵਾ ਚਲਾ ਰਹੇ, ਭਗਵਾਨ ਦੀ ਸੇਵਾ ਚਲਾ ਰਹੇ। ਹੁਨਰ ਅੱਜ ਕੱਲ੍ਹ ਕੀ, ਸਿੰਗਰ ਗਾਉਂਦੇ ਨੇ, ਕੌਂਸਰਟ ਕਰਦੇ ਨੇ, ਲੱਖ ਲੱਖ ਰੁਪਏ ਲੈਂਦੇ ਨੇ, ਕਰਦੇ ਕੀ? ਸ਼ਰਾਬ ਪੀਂਦੇ, ਮੀਟ ਖਾਂਦੇ, ਉਹਨੇ ਤਾਂ ਨਰਕ ਜਾਣਾ ਹੀ ਜਾਣਾ, ਜਿਹੜਾ ਉਹਨੂੰ ਪੈਸੇ ਦੇ ਰਿਹਾ ਉਹਨੇ ਵੀ ਨਰਕ ਜਾਣਾ। ਸੋਚ ਸਮਝ ਕੇ ਦਾਨ ਦਿਓ, ਕਿਹਨੂੰ ਦਾਨ ਦੇਣਾ ਕਿਹਨੂੰ ਨਹੀਂ ਦੇਣਾ। ਪੰਜਾਬ ਦੇ ਵਿੱਚ ਸੌਂਗ ਜਿਹੜੇ ਬਣਾ ਰਹੇ ਨੇ, ਉਹ ਬੰਦੇ ਨੂੰ ਉੱਪਰ ਚੱਕਣ ਵਾਲੇ ਸੌਂਗ ਨੇ ਨਾ, ਮੁੰਡੇ ਕੀ ਕਰਦੇ ਆ, ਸੌਂਗ ਸੁਣ ਕੇ ਤਾਂ ਬੰਦੂਕ ਕੱਢ ਕੇ ਗੋਲੀ ਮਾਰਦੇ ਆ, ਸਿੱਧਾ ਨਸ਼ੇ ਕਰ ਰਹੇ ਆ, ਇਹ ਸੌਂਗ ਕਰਕੇ ਤਾਂ ਹੋ ਰਿਹਾ, ਇਹ ਗਾਣੇ ਚੱਲ ਰਹੇ ਨੇ ਜਿਹੜੇ। ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਨਹੀਂ ਮਿਲਦਾ, ਉਂਝ ਨਾਮ ਤਾਂ ਲੈਂਦੇ ਹਾਂ, ਚੁੱਭੀਆਂ ਵੀ ਲਾਈਆਂ ਨੇ, ਇਹ ਮਨ ਫੇਰ ਵੀ ਗੰਦਾ ਏ, ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ, ਬੜਾ ਖੌਰੂ ਪਾਇਆ ਏ, ਕੁੱਟ ਤਬਲੇ ਹੱਥਾਂ ਨੇ, ਪਰ ਜਿਨ੍ਹਾਂ ਨੂੰ ਤੂੰ ਦਿਸਦਾ ਕੋਈ ਹੋਰ ਹੀ ਅੱਖਾਂ ਨੇ। ਜੈ ਹੋ, ਜੈ ਹੋ, ਚਲੋ। ਕਿਸੇ ਫਕੀਰ ਦੀ ਕੁੱਲੀ ਦੇ ਵਿੱਚ ਇੱਕ ਵਾਰ ਮੁਸਾਫਰ ਆ ਕੇ ਠਹਿਰਿਆ। ਮੁਸਾਫਰ ਨੇ ਜਦੋਂ ਕੁੱਲੀ ਵੱਲ ਨਜ਼ਰ ਦੌੜਾਈ ਤਾਂ ਉਹਨੇ ਵੇਖਿਆ ਨਾ ਤਾਂ ਕੁੱਲੀ ਦੇ ਵਿੱਚ ਮੰਜਾ ਸੀ, ਨਾ ਗੱਦਾ ਸੀ, ਨਾ ਚਾਦਰ ਸੀ। ਮੁਸਾਫਰ ਹੈਰਾਨ ਹੋਇਆ। ਮੁਸਾਫਰ ਨੇ ਉਸ ਫਕੀਰ ਨੂੰ ਪੁੱਛਿਆ, ਤੇਰਾ ਸਮਾਨ ਕਿੱਥੇ ਹੈ? ਅੱਗੋਂ ਦੀ ਉਸ ਫਕੀਰ ਨੇ ਉਹਨੂੰ ਪੁੱਛ ਲਿਆ ਕਿ ਤੇਰਾ ਸਮਾਨ ਕਿੱਥੇ ਹੈ? ਮੁਸਾਫਰ ਕਹਿੰਦਾ, ਮੈਂ ਤਾਂ ਸਫ਼ਰ 'ਤੇ ਨਿਕਲਿਆ ਹੋਇਆ, ਇੱਕ ਜਰਨੀ 'ਤੇ ਨਿਕਲਿਆ ਹੋਇਆ। ਫਕੀਰ ਕਹਿੰਦਾ, ਮੈਂ ਵੀ ਉਸੇ ਸਫ਼ਰ 'ਤੇ ਹਾਂ, ਉਸੇ ਜਰਨੀ 'ਤੇ ਹਾਂ। ਗੱਲ ਥੋੜ੍ਹੀ ਡੂੰਘੀ ਹੈ, ਦੁਬਾਰਾ ਪਿੱਛੇ ਜਾ ਕੇ ਸੁਣੋਗੇ ਤਾਂ ਸਮਝ ਆਏਗੀ। ਇਹੀ ਜ਼ਿੰਦਗੀ ਹੈ, ਅਸੀਂ ਸਾਰੇ ਇੱਕ ਸਫ਼ਰ 'ਤੇ ਨਿਕਲੇ ਹੋਏ ਹਾਂ, ਇੱਕ ਜਰਨੀ ਨੂੰ ਹੰਢਾ ਰਹੇ ਹਾਂ। ਇਹ ਰਾਤਨਾਮਾ ਦਾ ਦੂਜਾ ਐਪੀਸੋਡ ਹੈ ਔਰ ਮੈਂ ਬਦਰੀਕਾ ਆਸ਼ਰਮ ਦੇ ਵਿੱਚ ਹਾਂ, ਜੋ ਰਾਜਪੁਰਾ ਦੇ ਪਿੰਡ ਦੇ ਵਿੱਚ ਬਣਾਇਆ ਗਿਆ। ਮੇਰੇ ਨਾਲ ਗੋਕੁਲ ਦਾਸ ਜੀ ਹੈ ਔਰ ਕੇਸ਼ਵ ਜੀ ਹੈ। ਇਹਨਾਂ ਦੇ ਨਾਲ ਗੱਲਬਾਤ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ
ਇਹੋ ਜਿਹਾ ਸਾਦਾ ਜੀਵਨ ਜਿਉਂਦੇ ਪਏ ਆ ਜਿਹਦੇ ਬਾਰੇ ਅਸੀਂ ਜੇ ਸੁਪਨਾ ਵੀ ਲਈਏ ਤਾਂ 100 ਵਾਰੀ ਸੋਚਾਂਗੇ ਕਿ ਇਹ ਸੁਪਨਾ ਲੈ ਲਈਏ ਜਾਂ ਨਾ ਲਈਏ। ਸਹੀ ਕਹਿ ਰਿਹਾ 100% ਦੁਨੀਆਂ ਤੋਂ ਦੂਰ ਹੋ ਤੁਸੀਂ, ਇਹ ਮੈਨੂੰ ਲੱਗਦਾ ਪਹਿਲੀ ਰਾਤ ਤੁਹਾਡੀ ਇਹੋ ਜਿਹੀ ਹੋਏਗੀ ਜਿੱਥੇ ਆ ਲਾਈਟਾਂ ਲਾ ਕੇ ਇਸ ਚੱਕਾ ਚੌਂਦ ਦੇ ਵਿੱਚ ਰੋਸ਼ਨੀ ਦੇ ਵਿੱਚ ਅਸੀਂ ਸ਼ੂਟ ਕਰ ਰਹੇ, ਨਹੀਂ ਤਾਂ ਮੈਂ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਦੌੜਾ ਰਿਹਾ ਜਾਂ ਤਾਂ ਮਿੱਟੀ ਦੀਆਂ ਬਣੀਆਂ ਇਹ ਹੱਟਸ ਨਜ਼ਰ ਆ ਰਹੀਆਂ, ਘਰ ਨਜ਼ਰ ਆ ਰਹੇ ਆ ਅਤੇ ਜਾਂ ਫਿਰ ਹਨੇਰਾ ਨਜ਼ਰ ਆ ਰਿਹਾ। ਵੈਸੇ ਬਾਕੀ ਤੁਸੀਂ ਜਦੋਂ ਦੁਨੀਆਂ ਨੂੰ ਦੇਖਦੇ ਹੋਵੋਗੇ ਇੱਥੋਂ ਬਹਿ ਕੇ ਉਹਨਾਂ 'ਤੇ ਹੱਸਦੇ ਤਾਂ ਹੋਵੋਗੇ ਨਾ, ਬਹਿ ਕੇ ਕਿ ਯਾਰ ਕੀ ਕਰੀ ਜਾਂਦੇ ਹੋਏ ਆ ਇਹ। ਤੁਸੀਂ ਤਾਂ ਗ੍ਰੰਥਾਂ ਦਾ ਗਿਆਨ ਪਾ ਲਿਆ, ਤੁਹਾਨੂੰ ਪਤਾ ਲੱਗ ਗਿਆ ਕਿ ਜ਼ਿੰਦਗੀ ਦਾ ਅਸਲੀ ਮਤਲਬ ਅਸਲੀ ਮੀਨਿੰਗ ਹੈ ਕੀ ਹੈ। ਤਾਂ ਹੀ ਸਾਨੂੰ ਕੋਈ ਵੀ ਕੁਛ ਵੀ ਕਹਿੰਦਾ ਨਾ ਸਾਨੂੰ ਪਤਾ ਉਹ ਗਲਤ ਹੀ ਕਹਿ ਰਿਹਾ। ਕਹਿੰਦੇ ਤੁਹਾਨੂੰ ਪਾਗਲ ਵੀ ਕਹਿੰਦੇ ਲੋਕ ਪਿੱਛੇ ਕਹਿੰਦੇ ਹੋਣੇ, ਸਾਹਮਣੇ ਤਾਂ ਨਹੀਂ ਕਹਿੰਦਾ, ਨਹੀਂ ਸਾਹਮਣੇ ਤਾਂ ਕੋਈ ਨਹੀਂ ਕਹਿੰਦਾ ਵੈਸੇ, ਲੇਕਿਨ ਉਲਟਾ ਰਿਸਪੈਕਟ ਹੀ ਕਰਦੇ ਆ, ਉਹ ਚੀਜ਼ ਕਰਨੀ ਹੈ ਰਿਸਪੈਕਟ ਹੀ ਕਰਦੇ ਆ। ਲੋਕਾਂ ਨੂੰ ਪਤਾ ਹੈ ਕਿ ਅਲਟੀਮੇਟਲੀ ਉਹਨਾਂ ਨੂੰ ਪਤਾ ਕਿ ਅਸੀਂ ਸਹੀ ਹਾਂ। ਕੋਈ ਬੰਦਾ ਕਿਸੇ ਨਾਲ ਵੀ ਡਿਬੇਟ, ਸਾਡੀ ਡਿਬੇਟ ਹੋ ਜਾਂਦੀ ਹੈ ਕਿਸੇ ਨਾਲ, ਉਹ ਨਹੀਂ ਮੰਨਦਾ, ਅਗਰ ਉਹ ਲਾਸਟ ਦੇ ਵਿੱਚ ਮਤਲਬ ਰਿਸਪੈਕਟ ਹੀ ਕਰਦਾ ਕਿ ਹਾਂ ਤੁਸੀਂ ਸਹੀ ਹੋ, ਉਹਨਾਂ ਨੂੰ ਪਤਾ ਹੈ ਕਿ ਉਹ ਗਲਤ ਹੈ, ਫਸਟ ਰੇਟ ਹੈ। ਭਗਵਾਨ ਦੀ ਗੱਲ ਜੂਠੀ ਨਹੀਂ ਹੋ ਸਕਦੀ, ਦੁਖਾਲ ਲਿਆ ਮਿਸ਼ਾਸ਼ ਹੋ ਤੁਹਾਨੂੰ, ਦੁੱਖ ਵੀ ਹੈ ਟੈਂਪਰੇਰੀ ਹੈ ਤੇ ਉਹ ਰਿਐਲਿਟੀ ਹੈ, ਉਹ ਦੁੱਖ ਤਾਂ ਹੈਗੇ ਹੀ ਹੈਗੇ। ਇਹ ਤਾਂ ਗੁਰਸਾਲ ਪਹਿਲਾਂ ਤਾਂ ਨਹੀਂ ਸੀਗੀ ਇਹ ਤੁਹਾਡੀ ਜ਼ਿੰਦਗੀ, ਦੋਵਾਂ ਦੀ ਇਹ ਜ਼ਿੰਦਗੀ ਨਹੀਂ ਸੀਗੀ ਨੋਰਮਲ। ਉਹ ਗੁਰਦਾਸਪੁਰ ਤੋਂ ਹੈ, ਮੈਂ ਰਾਜੂ, ਤੁਸੀਂ ਰਾਜਪੁਰੇ ਤੇ ਹੋ, ਪਹਿਲਾਂ ਤਾਂ ਨਹੀਂ ਇਹ ਜ਼ਿੰਦਗੀ ਸੀਗੀ। ਮੈਂ ਬਹੁਤ ਸਾਲ ਪਹਿਲਾਂ ਸੁਣਿਆ ਸੀਗਾ ਤਾਂ ਉਹ ਬਿਲਕੁਲ ਪਰਫੈਕਟ ਲਾਈਨ ਹੈ ਕਿ ਕੋਈ ਤਨ ਦੁਖੀ ਕੋਈ ਮਨ ਦੁਖੀ, ਕੋਈ ਧਨ ਬਿਨ ਰਹਿਤ ਉਦਾਸ, ਥੋੜੇ ਥੋੜੇ ਤੋਂ ਭਈਆ ਸਭ ਦੁਖੀ ਸੁਖੀ ਰਾਮ ਕੇ ਦਾਸ। ਰਿਐਲਿਟੀ ਦੇ ਵਿੱਚ ਕੋਈ ਭਗਤੀ ਕਰ ਰਿਹਾ ਤਾਂ ਉਹ ਸੁਖੀ ਹੈ। ਪਾਲੋਗੇ ਰੱਬ ਨੂੰ? ਉਹਨਾਂ ਨੇ ਤੁਹਾਨੂੰ ਆਂਸਰ ਦਿੱਤਾ ਸੀਗਾ ਗੋਕੁਲ ਰੂਪ ਨੂੰ ਕਿ ਸਾਨੂੰ ਅਸੀਂ ਨਹੀਂ ਕਹਿ ਸਕਦੇ ਪਾਲਾਂਗੇ, ਲੇਕਿਨ ਸਾਨੂੰ ਵਿਸ਼ਵਾਸ ਹੈ, ਉਹੀ ਗੱਲ ਹੈ। ਕੀ ਹੁੰਦਾ ਪਾਣਾ ਰੱਬ ਨੂੰ? ਮਤਲਬ ਅਸੀਂ ਕਲੇਮ ਨਹੀਂ ਕਰ ਸਕਦੇ ਕਿ ਮੈਂ ਕਿਸੇ ਨੂੰ ਪਿਆਰ ਕਰਦਾ ਹਾਂ ਤੇ ਮੇਰੇ ਲਈ ਪਾਣਾ ਉਹਨੂੰ ਇਹ ਹੈ ਕਿ ਮੈਂ ਉਹਦੇ ਨਾਲ ਜ਼ਿੰਦਗੀ ਬਿਤਾ ਲਵਾਂ। ਤੁਹਾਡੇ ਲਈ ਰੱਬ ਨੂੰ ਪਾਣ ਦਾ ਮਤਲਬ ਕੀ? ਕਿਉਂਕਿ ਤੁਸੀਂ ਬ੍ਰਹਮਚਰਿਆ ਦਾ ਪਾਲਣ ਕਰ ਰਹੇ ਹੋ, ਸੈਲੀਬੇਸੀ ਤੁਸੀਂ ਜਿਹੜੀ ਹੈਗੀ ਉਹ ਜ਼ਿੰਦਗੀ ਜੀ। ਸੈਲੀਬੇਸੀ ਅਸੀਂ ਇਸ ਲਈ ਕਰ ਰਹੇ ਹਾਂ ਕਿਉਂਕਿ ਰੱਬ ਨੂੰ ਪਸੰਦ ਹੈ, ਭਗਵਾਨ ਇਹਨੂੰ ਐਪਰੀਸ਼ੀਏਟ ਕਰਦੇ ਆ, ਅੱਧੇ ਟਾਈਮ ਦਿੱਤਾ ਸਪੈਸ਼ਲੀ। ਬ੍ਰਹਮਚਾਰਿਆ ਤਾਂ ਸ਼ੁਰੂ ਤੋਂ ਹੀ ਸਾਰੇ ਯੁੱਗਾਂ ਤੋਂ ਹੀ ਚੱਲਦਾ ਆ ਰਿਹਾ, ਸਿਰਫ ਇਹ ਨਹੀਂ ਹੈ ਕਿ ਕਲਯੁੱਗ ਦੇ ਅੰਦਰ ਤੇ ਕਲਯੁੱਗ ਦੇ ਅੰਦਰ ਤਾਂ ਸਪੈਸ਼ਲੀ ਭਗਵਾਨ ਐਪਰੀਸ਼ੀਏਟ ਕਰਦੇ ਹਾਂ, ਇਸ ਲਈ ਸਾਨੂੰ ਅਸੀਂ ਬ੍ਰਹਮਚਾਰੀ ਪਾਲਣ ਕਰਦੇ ਹਾਂ। ਅਦਰਵਾਈਜ਼ ਅਗਰ ਭਗਵਾਨ ਕਹਿੰਦੇ ਆ ਤੁਸੀਂ ਬੱਚੇ ਕਰੋ ਤਾਂ ਸਾਨੂੰ ਬੱਚੇ ਕਰਨਾ। ਜਦੋਂ ਇੱਥੇ ਆ ਰਿਹਾ ਸੀਗਾ ਮੈਂ ਤੇ ਰਾਹ ਪੁੱਛਦਾ ਪੁੱਛਦਾ ਆਇਆ ਵਾਂ, ਕਈਆਂ ਨੂੰ ਬਦਰਿਕਾ ਆਸ਼ਰਮ ਬਾਰੇ ਪਤਾ ਸੀਗਾ, ਕਈਆਂ ਨੂੰ ਨਹੀਂ ਪਤਾ ਸੀ, ਪਰ ਬਹੁਤਿਆਂ ਨੂੰ ਤੁਹਾਡੀ ਫਿਜ਼ੀਕਲ ਅਪੀਅਰੈਂਸ ਬਾਰੇ ਪਤਾ ਸੀਗਾ। ਤੇ ਮੈਨੂੰ ਉੱਥੇ ਕਹਿਣਾ ਵੀ ਪਿਆ ਕਿ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੈਗੇ, ਪਿੱਛੇ ਛੋਟੀ ਜਿਹੀ ਇੱਕ ਪੋਨੀ ਕਹਿ ਲਓ, ਗੁੱਤ ਕਹਿ ਲਓ, ਹੈ ਨਾ, ਉਹ ਰੱਖੀ ਹੁੰਦੀ ਹੈ। ਇਹ ਇਹਦਾ ਇਹਦਾ ਕੀ ਅਰਥ ਹੈ ਜੀ? ਤੁਸੀਂ ਇਸ ਤੁਹਾਡਾ ਜੋ ਇਹ ਅਪੀਅਰੈਂਸ ਹੈਗੀ, ਵਾਲ ਨਹੀਂ ਤੁਹਾਡੇ ਸਿਰ ਤੇ ਹੈਗੇ, ਉਦੋਂ ਤੁਸੀਂ ਛੋਟੀ ਜਿਹੀ ਗੁੱਤ ਰੱਖੀ ਹੈ? ਉਹਦਾ ਇਹ ਇਸ ਕਰਕੇ ਪੁੱਛਦਾ ਮੈਂ ਕਿ ਕੱਲ ਨੂੰ ਸਾਰਿਆਂ ਦੇ ਜੋ ਤੁਹਾਨੂੰ ਸੁਣਦੇ ਪਏ ਦੇਖਦੇ ਪਏ ਆ ਉਹਨਾਂ ਨੂੰ ਪਤਾ ਹੋ ਜਾਏ ਕਿ ਇੱਦਾਂ ਰਹਿਣਾ ਕਿਉਂ ਤੁਹਾਡੇ ਲਈ ਤੁਸੀਂ ਚੁਣਿਆ। ਹਾਂ, ਕਿਉਂ ਕਰਕੇ ਹਰ ਚੀਜ਼ ਦਾ ਕੋਈ ਨਾ ਕੋਈ ਲੋਜਿਕ ਹੈਗਾ ਸਾਡੇ ਕਰਨ ਦਾ। ਅਸੀਂ ਯੰਗ ਹਾਂ ਤੇ ਪਲੱਸ ਐਵੇਂ ਨਹੀਂ ਹੈ ਕਿ ਇਮੋਸ਼ਨਲ ਅਟੈਚ ਹੋ ਗਏ ਅਸੀਂ, ਸਾਰੇ ਜੋ ਵੀ ਰੀਜ਼ਨ ਹੈਗੇ ਇੱਕ ਲੋਜਿਕ ਦੇ ਨਾਲ ਹੀ ਜੁੜੇ ਹਨ। ਤੁਸੀਂ ਸ਼ਾਸਤਰਾਂ ਵਿੱਚ ਤਿੰਨ ਚੀਜ਼ਾਂ ਹੈ, ਜਟਾ, ਸਿੱਖੀ ਪਲੱਸ
ਮੁੰਡਾ, ਯਾਨੀ ਕਿ ਇੱਕ ਤਾਂ ਤੁਸੀਂ ਦੇਖੋ ਬੁੱਧਿਸਟ ਬਿਲਕੁਲ ਜੀਰੋ ਕਰਾ ਦਿੰਦੇ ਨੇ, ਅਤੇ ਕੁਛ ਲੋਕ ਜੱਟਾਵਾਂ ਰੱਖਦੇ ਨੇ, ਅਤੇ ਕੁਛ ਲੋਕ ਸਿੱਖਾਂ ਰੱਖਦੇ ਨੇ, ਤਾਂ ਅਸੀਂ ਉਹਨਾਂ ਦੇ ਵਿੱਚੋਂ ਇੱਕ ਤਾਂ ਸਿੱਖਾਂ ਚੂਜ਼ ਕਰੀਏ ਫਸਟ ਆਫ ਆਲ। ਦੂਜੀ ਗੱਲ, ਭਾਗਵਤਮ ਕਹਿ ਰਹੀ ਹੈ ਕਿ ਕਲਯੁੱਗ ਦੇ ਅੰਦਰ ਅਗਰ ਕਿਸੇ ਦਾ ਸੁੰਦਰੇ ਮਾਪਿਆ ਜਾਏਗਾ ਤਾਂ ਉਹਦੇ ਵਾਲਾਂ ਨਾਲ। ਦੇਖੋ ਤੁਸੀਂ ਸੈਲੂਨ ਕਿੰਨੇ ਖੁੱਲ੍ਹ ਗਏ ਨੇ, ਕਿੰਨੇ ਚਾਹੇ ਮੇਲ ਹੋਣ ਚਾਹੇ ਫੀਮੇਲ ਹੋਣ, ਕਿੰਨੇ ਜ਼ਿਆਦਾ ਪੈਸੇ ਖਰਚ ਹੋ ਰਹੇ ਨੇ ਵਾਲਾਂ ਉੱਪਰ। ਤਾਂ ਉਸ ਸੁੰਦਰਤਾ ਨੂੰ ਸਾਡਾ, ਅਸੀਂ ਆਪਣੀ ਬੋਡੀ ਤੋਂ ਧਿਆਨ ਹਟਾਉਣਾ ਨਾ ਆਪਣਾ। ਪਹਿਲਾਂ ਹੀ ਅਸੀਂ ਆਪਾਂ ਆਪਣੀ ਇਸ ਬੋਡੀ ਤੋਂ ਅਟੈਚ ਆ ਨਾ, ਉੱਪਰ ਅਸੀਂ ਵਾਲ ਰੱਖ ਕੇ ਖੜੇ ਕਰ ਲਈਏ, ਕੋਈ ਕਿੱਥੇ ਡਿਜ਼ਾਇਨ ਬਣਾ ਰਿਹਾ, ਕੋਈ ਕਿੱਥੇ ਡਿਜ਼ਾਇਨ ਬਣਾ ਰਿਹਾ, ਉਹ ਇੱਕ ਸਮਝਣਾ ਸਪਿਰਚੁਅਲ ਲਾਈਫ ਦੇ ਅਨੁਕੂਲ ਨਹੀਂ ਹੈ। ਇੱਕ ਅਜੀਬ ਜਿਹਾ ਰਹਿੰਦਾ ਨਾ, ਮਤਲਬ ਅਸੀਂ ਹੁਣ ਸ਼ੀਸ਼ੇ ਹੀ ਦੇਖਦੇ ਰਹੀਏ, ਕੀ ਮਤਲਬ ਹੈ। ਤਾਂ ਹੀ ਸਿੰਪਲ ਲਿਵਿੰਗ, ਹਾਈ ਥਿੰਕਿੰਗ, ਜਿੰਨਾ ਅਸੀਂ ਆਪਣੀ ਲਾਈਫ ਨੂੰ ਸਿੰਪਲ ਕਰ ਸਕੀਏ ਉਹਨਾਂ ਸੀ। ਜਦੋਂ ਤੁਸੀਂ ਇਹ ਜੀਵਨ ਨਹੀਂ ਬਿਤਾ ਰਹੇ ਸੀਗੇ, ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਦੇ ਪਏ ਸੀਗੇ, ਉਦੋਂ ਕੀ ਸ਼ੌਂਕ ਸ਼ੂਕ ਸੀਗੇ, ਕਿਸ ਤਰੀਕੇ ਦੇ ਸ਼ੌਂਕ ਸੀ? ਬਿਲਕੁਲ ਜਿਵੇਂ ਆਰਡੀਨਰੀ ਵਿਅਕਤੀ ਹੁੰਦਾ, ਬਿਲਕੁਲ ਸੇਮ। ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਕੀ ਕਰ ਰਹੇ, ਵਾਲ ਨੂੰ ਸਜਾਉਣਾ, ਗੱਡੀਆਂ, ਮੋਟਰਸਾਈਕਲ, ਘੜੀਆਂ, ਕੱਪੜੇ, ਘੁੰਮਣਾ ਫਿਰਨਾ, ਖਾਣਾ ਪੀਣਾ ਬਾਹਰ, ਸੇਮ ਜੋ ਆਰਡੀਨਰੀ ਵਿਅਕਤੀ ਕਰ ਰਿਹਾ। ਤਿਆਗਤਾ, ਹਾਂ ਤਿਆਗਤਾ ਕਹਿ ਸਕਦੇ ਹੋ। ਮੈਂ ਪਹਿਲਾਂ ਹੀ ਕਹਿ ਰਿਹਾ ਕਿ ਤਿਆਗ ਅਨੁਕੂਲ ਸੇ ਸੰਕਲਪ ਹੈ, ਪ੍ਰਤੀਕੂਲ ਸੇ ਵਰਜਨ। ਭਗਵਾਨ ਕਹਿ ਰਹੇ ਜੋ ਭਗਤੀ ਦੇ ਅਨੁਕੂਲ ਹੈ, ਜੋ ਜੋ ਚੀਜ਼ਾਂ ਅਸੀਂ ਸਾਨੂੰ ਸਪੋਰਟ ਕਰਦੀਆਂ ਡਿਵੋਸ਼ਨ ਨੂੰ, ਜਾਂ ਭਗਵਾਨ ਕ੍ਰਿਸ਼ਨ ਨੂੰ ਹੈਪੀ ਕਰਨ ਲਈ, ਜਾਂ ਰੱਬ ਨੂੰ ਖੁਸ਼ ਕਰਨ ਲਈ, ਅਸੀਂ ਉਹ ਅਕਸੈਪਟ ਕਰਦੇ ਹਾਂ। ਕਰਦੇ ਮਤਲਬ ਜਿਵੇਂ ਸਾਡੇ ਮਾਂ ਪਿਓ ਹੁੰਦੇ ਆ, ਜਦੋਂ ਬੱਚਾ ਪੈਦਾ ਹੁੰਦਾ, ਬੱਚੇ ਦੇ ਨਾਲ ਮਾਂ ਪਿਓ ਦੀਆਂ ਤਮਾਮ ਹਸਰਤਾਵਾਂ ਜੁੜ ਜਾਂਦੀਆਂ ਆ ਕੇ, ਕਿ ਵੀ ਅੱਗੇ ਜਾ ਕੇ ਨੌਕਰੀ ਕਰੇਗਾ, ਵਿਆਹ ਹੋ ਜਾਏਗਾ, ਅੱਗੋ ਦੇ ਬੱਚੇ ਹੋਣਗੇ। ਕਰਦੇ ਮੰਨ ਗਏ ਸੀ? ਗੋਕੁਲ ਜੀ ਤੁਸੀਂ ਚੁੱਪ ਕਰ ਗਏ। ਅੱਛਾ, ਜਦੋਂ ਕੈਮਰੇ ਔਨ ਨਹੀਂ ਸੀ, ਸਾਡੀ ਬੜੀ ਚੰਗੀ ਡਿਸਕਸ਼ਨ ਹੋ ਰਹੀ, ਡਿਬੇਟ ਨਹੀਂ ਕਹਾਂਗਾ, ਡਿਸਕਸ਼ਨ ਹੋ ਰਹੀ ਸੀ ਬੜੀ ਚੰਗੀ। ਉਹ ਕੁਝ ਚੀਜ਼ਾਂ ਮੈਨੂੰ ਸਮਝਾ ਰਹੇ ਸੀਗੇ, ਕੁਝ ਮੈਂ ਸਮਝ ਰਿਹਾ ਸੀ, ਕੁਝ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੈਮਰਾ ਔਨ ਹੁੰਦਾ ਸੀ, ਗੋਕੁਲ ਜੀ ਸ਼ਾਂਤ ਨੇ। ਡਰ ਹੀ ਲੱਗਦਾ ਵਾ ਇਹ ਚੀਜ਼ਾਂ ਤੋਂ ਨਾ। ਐਕਚੁਲੀ ਪੁਆਇੰਟ ਹੈ ਕਿ ਸੰਸਾਰ ਬੜਾ ਖਤਰਨਾਕ ਹੈ। ਕੀ ਖਤਰਨਾਕ ਹੈ? ਹੈ ਕੀ ਖਤਰਨਾਕ ਹੈ? ਸੰਸਾਰ, ਸੰਸਾਰ। ਇਸ ਲਈ ਸੰਸਾਰ ਸਾਡੇ ਆਚਾਰੇ ਕਹਿ ਰਹੇ ਨੇ ਕਿ ਦੇਖੀ ਸੁਣੀ, ਦੇਖੀ ਸੁਣੀ ਲੱਗਵੇ। ਕਹਿੰਦੇ ਕਿ ਇੱਕ ਭਜਨ ਹੈਗਾ, ਤੁਸੀਂ ਸੁਣਾਇਓ ਕੀ ਭਜਨ ਹੈ। ਉਹ ਭਜਨ ਹੈਗਾ ਵਾ ਠਾਕੁਰ ਵੈਸ਼ਨਵ ਗਨ ਕਰੀ ਏਈ ਨਿਵੇਦਨ, ਮੋਹ ਬਾੜੋ ਅਧਮ ਦੁਰਾਚਾਰ। ਮਤਲਬ ਇੱਕ ਮਹਾਨ ਭਗਤ ਨੇ, ਭਗਵਾਨ ਦੇ ਬਹੁਤ ਤਗੜੇ, ਉਹ ਕਹਿ ਰਹੇ ਨੇ ਕਿ ਹੇ ਠਾਕੁਰ ਵੈਸ਼ਨਵ, ਮੇਰੀ ਇੱਕ ਨਿਵੇਦਨ ਸੁਣੋ, ਮੋਹ ਬਾੜੋ। ਮਤਲਬ ਬੰਗਾਲੀ ਭਜਨ ਹੈ, ਲੇਕਿਨ ਮੈਂ ਬੜਾ ਅਧਮ ਦੁਰਾਚਾਰ, ਮੈਂ ਅਧਮ ਹਾਂ, ਦੁਰਾਚਾਰ ਹਾਂ, ਪਾਪੀ ਹਾਂ, ਠੀਕ ਹੈ। ਕਿ ਅੱਗੇ ਕਹਿ ਰਹੇ ਦੇਖੀ ਸੁਣੀ ਲਾਗੇ ਭਏ, ਕਿ ਦੇਖ ਕੇ ਸੁਣ ਕੇ ਮੈਨੂੰ ਡਰ ਲੱਗਦਾ ਕਿ ਇਹ ਸੰਸਾਰ ਨੂੰ, ਦੁਨੀਆਂ ਦੇ ਵਿੱਚ ਲੋਕ ਇੱਦਾਂ ਮਤਲਬ ਬੇਖੌਫ ਘੁੰਮ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਮਰਨ ਦੇ ਬਾਅਦ ਕਿੱਥੇ ਜਾਣਾ, ਅਸੀਂ ਜੋ ਕਰ ਰਹੇ ਹਾਂ ਇਹਦਾ ਹਿਸਾਬ ਵੀ ਸਾਨੂੰ ਉੱਪਰ ਜਾ ਕੇ ਦੇਣਾ ਪੈਣਾ, ਠੀਕ ਹੈ। ਅਤੇ ਲੋਕਾਂ ਦਾ ਕੀ ਕਹਿਣਾ, ਕਿੰਨੇ ਵੇਖਿਆ ਅਗਲਾ ਜਨਮ, ਕਿੰਨੇ ਵੇਖਿਆ ਪਿਛਲਾ ਜਨਮ, ਕਿੰਨੇ ਵੇਖਿਆ ਪਾਪ, ਕਿੰਨੇ ਵੇਖਿਆ ਪੁੰਨ, ਠੀਕ ਹੈ।
ਖਾਓ ਠੀਕ ਹੈ। ਇੱਕ ਚਾਰ ਵਾਕ ਫਿਲੋਸਫਰ ਹੋਏ ਨੇ, ਚਾਰ ਵਾਕ ਉਹਨਾਂ ਦੀ ਫਿਲੋਸਫੀ ਦਾ ਨਾਮ ਸੀ ਕਿ ਕ੍ਰਿਤਮ ਗ੍ਰਿਤਮ ਪੀਵੇਤ, ਕਹਿੰਦੇ ਕਿ ਚਲੋ ਸੰਸਕ੍ਰਿਤ ਦੇ ਵਿੱਚ ਸ਼ਲੋਕ ਹੈ ਇੱਕ ਤੁਹਾਨੂੰ ਚਾਹੇ ਸਮਝਣਾ ਹੈ, ਉਹਨੇ ਉਹ ਕਹਿ ਰਹੇ ਕਿ ਤੁਸੀਂ ਚੋਰੀ ਕਰੋ, ਡਕੈਤੀ ਕਰੋ, ਕਿਸੇ ਦਾ ਮਾੜਾ ਕਰੋ, ਘਿਓ ਪੀਓ। ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਇੰਜੋਏ ਕਰੋ ਲਾਈਫ, ਐਸ਼ ਕਰੋ, ਘਿਓ ਪੀਓ, ਮਤਲਬ ਕਹਿਣ ਦਾ ਭਾਵ ਕਿ ਹਾਂ ਘਿਓ ਪੈਂਦਾ, ਮਤਲਬ ਇੱਕ ਸਿਗਨੀਫਾਈ ਫਿਲਾਸਫਰ ਕਹਿ ਰਿਹਾ, ਦਾਰਸ਼ਨਿਕ ਕਹਿ ਰਿਹਾ, ਹਾਂ ਚਾਰ ਵਾਕ ਵੈਸਟਰਨ ਫਿਲਾਸਫਰ ਹੈ। ਉਹ ਕਹਿੰਦੇ ਕਿ ਇੰਜੋਏ ਯੋਰ ਸੈਲਫ, ਇੰਜੋਏ ਕਰੋ। ਅੱਜ ਦੀ ਸਾਰੀ 100% 99.9% ਦੁਨੀਆ ਉਸਨੂੰ ਫੋਲੋ ਕਰ ਰਹੀ ਹੈ ਕਿ ਭਈਆ ਇੰਜੋਏ ਯੋਰ ਲਾਈਫ, ਲਾਈਫ ਇੱਕ ਵਾਰੀ ਮਿਲੀ ਹੈ, ਕਿੰਨੇ ਵੇਖਿਆ ਅਗਲੇ ਜਨਮ, ਕਿੰਨੇ ਵੇਖਿਆ ਪਿਛਲੇ ਜਨਮ, ਲੇਕਿਨ ਜ਼ਰੂਰੀ ਨਹੀਂ ਕਿ ਵੇਖਿਆ, ਜਿਹੜੀ ਚੀਜ਼ ਨਹੀਂ ਵੇਖੀ ਉਹ ਨਹੀਂ ਹੈਗੀ। ਜਿੰਨੇ ਵੀ ਯੂਥ ਹੈ ਮੋਸਟਲੀ ਇਹੀ ਆਂਸਰ ਹੁੰਦਾ ਨਾ ਕਿ ਕਿੰਨੇ ਦੇਖਿਆ, ਲੇਕਿਨ ਉਹਨਾਂ ਤੋਂ ਪੁੱਛੋ ਤੁਸੀਂ ਦਰਦ ਦੇਖਿਆ, ਪ੍ਰੇਮ ਦੇਖਿਆ, ਭੁੱਖ ਦੇਖੀ ਹੈ, ਮਨ ਦੇਖਿਆ, ਬੁੱਧੀ ਦੇਖੀ ਹੈ, ਕੁਛ ਨਹੀਂ ਦੇਖਿਆ ਉਹਨਾਂ ਨੇ, ਲੇਕਿਨ ਕਿਆ ਐਗਜ਼ਿਸਟ ਨਹੀਂ ਕਰਦੀਆਂ ਉਹ ਚੀਜ਼ਾਂ। ਲੇਕਿਨ 99.9% ਦੁਨੀਆ ਪਿਆਰ ਚਾਹੁੰਦੀ ਹੈ ਨਾ, 99.9% ਦੁਨੀਆ ਉਹ ਚੀਜ਼ ਚਾਹੁੰਦੀ ਹੈ ਜਿਹੜੀ ਚੀਜ਼ ਵਿਖਾਈ ਨਹੀਂ ਦਿੰਦੀ, ਨਾ ਹੀ ਤੁਸੀਂ ਕਿਸੇ ਨੂੰ ਦਿਖਾ ਸਕਦੇ ਹੋ, ਉਹ ਤਾਂ ਫੀਲ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਭਗਤੀ ਹੈ, ਉਸੇ ਤਰ੍ਹਾਂ ਪਾਪ ਅਤੇ ਪੁੰਨ ਹੈ ਜਿਹੜੇ ਸਾਨੂੰ ਅਸੀਂ ਕਰਮ ਕਰਦੇ ਹਾਂ, ਜਿਹੜੇ ਸਾਡੇ ਉੱਪਰ ਲਿਖੇ ਜਾ ਰਹੇ ਨੇ, ਹੈ ਨਾ। ਕਹਿੰਦੇ ਦੁਨੀਆ ਇੱਕ ਕਿਤਾਬ ਹੈ ਜਿਹਦਾ ਪਹਿਲਾ ਪੰਨਾ ਅਤੇ ਆਖਰੀ ਪੰਨਾ ਲਿਖਿਆ ਜਾ ਚੁੱਕਿਆ ਹੈ, ਵਿੱਚ ਖਾਲੀ ਪੇਜ ਨੇ ਜਿਹ 'ਚ ਤੁਸੀਂ ਆਪ ਕੁਛ ਲਿਖਣਾ, ਉਹ ਦੁਨੀਆ ਦੇ ਵਿੱਚ ਆ ਕੇ ਤੁਸੀਂ ਕਰਨਾ, ਠੀਕ ਹੈ। ਤੁਹਾਡੀ ਮ੍ਰਿਤਿਉ ਨਿਸ਼ਚਿਤ ਹੈ, ਤੁਹਾਡੀ ਜਨਮ ਨਿਸ਼ਚਿਤ ਹੈ, ਜਨਮ ਤੁਸੀਂ ਲੈ ਚੁੱਕੇ ਹੋ ਅਤੇ ਟਾਈਮ ਤੁਹਾਡਾ ਮਰਨ ਦਾ ਪੂਰਾ ਫਿਕਸ ਹੋ ਚੁੱਕਿਆ ਹੈ। ਇਸ ਕਰਕੇ ਭਗਵਦ ਗੀਤਾ ਦਾ ਇੱਕ ਬੜਾ ਤਗੜਾ ਸ਼ਲੋਕ ਹੈ, ਕਹਿੰਦੇ ਸ਼ਲੋਕ ਦਾ ਨਾਮ ਹੈ ਭਗਵਦ ਗੀਤਾ ਦੂਜੇ ਅਧਿਆਇ 'ਚ ਭਗਵਾਨ ਕਹਿ ਰਹੇ ਕ੍ਰਿਸ਼ਨ ਜੀ ਕਿ ਜਾਤਸਯ ਹੀ ਧਰੁਵ ਮ੍ਰਿਤਿਉ, ਧਰੁਵ ਮ੍ਰਿਤ ਜਾਤਸ ਹੀ ਧਰੁਵ ਮ੍ਰਿਤਿਉ ਜਨ ਰਹੀ ਜਾਤਸਯ ਹੀ ਧਰੁਵ ਮ੍ਰਿਤਿਉ ਜਨਮ ਮ੍ਰਿਤਸਯ ਚ ਤਸਮਾਤ ਅਪਰਿਹਾਰਯਸਤੇ ਨਾ ਤੁਮ ਸ਼ੋਚਿਤੁਮ ਅਰਹਸੀ। ਕਿ ਜਿਹਨੇ ਜਨਮ ਲਿਆ ਉਹਨੇ ਮਰਨਾ, ਠੀਕ ਹੈ, ਅਤੇ ਜਿਹਨੇ ਮਰਨਾ ਉਹਨੇ ਦੁਬਾਰਾ ਜਨਮ ਵੀ ਲੈਣਾ, ਠੀਕ ਹੈ। ਜਿਸ ਵਿਅਕਤੀ ਨੂੰ ਇਹ ਗੱਲ ਪਤਾ ਵੈ, ਇਹ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਨਾ ਤੁਮ ਸ਼ੋਚਿਤੁਮ ਅਰਹਸੀ, ਕਿ ਤੈਨੂੰ ਇਹ ਜਾਣ ਕੇ ਸ਼ੋਕ ਕਰਨ ਦੀ ਲੋੜ ਨਹੀਂ ਹੈਗੀ ਕਿ ਮੈਂ ਮਰ ਜਾਣਾ ਜਾਂ ਉਹਨਾਂ ਨੂੰ ਮਾਰਨਾ, ਠੀਕ ਹੈ। ਤੂੰ ਧਰਮ ਦੇ ਲਈ ਲੜਨਾ, ਤੂੰ ਅਧਰਮ ਦੇ ਖਾਤਮਾ ਕਰਨਾ ਅਤੇ ਧਰਮ ਨੂੰ ਸਪੋਰਟ ਕਰਨਾ, ਠੀਕ ਹੈ। ਮੈਂ ਧਰਮ ਵੱਲ ਹਾਂ ਅਤੇ ਤੂੰ ਵੀ ਧਰਮ ਵੱਲ ਹੈ, ਤੂੰ ਅਧਰਮੀਆਂ ਨੂੰ ਮਾਰਨਾ, ਤੂੰ ਵੇਖ ਰਿਹਾ ਆਪਣੇ ਚਾਚੇ ਮਾਮੇ ਤਾਇਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਵੇਖ ਰਿਹਾ, ਲੇਕਿਨ ਉਹਨਾਂ ਨੇ ਅਧਰਮ ਕੀਤਾ ਅਤੇ ਉਹਨਾਂ ਨੂੰ ਖਤਮ ਕਰਨਾ ਹੈ ਤੂੰ, ਅੱਜ ਮੇਰਾ ਆਰਡਰ ਹੈ। ਇੱਕ ਚੀਜ਼ ਦੱਸੋ, ਸਾਰੀ ਦੁਨੀਆ ਹੀ ਜੇ ਇਸ ਤੁਹਾਡੇ ਦਿਖਾਏ ਰਸਤੇ ਤੇ ਤੁਰਨ ਲੱਗ ਪਏ, ਤੁਰੇ ਗਈ ਨਹੀਂ, ਤੁਸੀਂ ਤੁਰ ਕੇ ਵਿਖਾਓ, ਕੋਈ ਨਹੀਂ ਤੁਰੇਗਾ, ਇਹ ਪਹਿਲੇ ਹੀ ਡਿਸਾਈਡ ਹੋ ਚੁੱਕਿਆ। ਭਗਵਦ ਗੀਤਾ ਜੀ ਭਗਵਾਨ ਪਹਿਲੇ ਕਹਿਤਾ, ਮਨੁਸ਼ ਨਾਮ ਸ਼ਸਤ੍ਰ ਏਸ਼ੂ ਕਸ਼ਚਿਤ ਜਿਤਤੀ ਸਿੱਧੇ ਜਿਤਤਾਮ ਅਪੇ ਸਿੱਧਾ ਨਾਮ ਕਸ਼ਚਿਨ ਮਾਮ ਵੇਤੀ ਤਤਵਤਾ। ਕਿ ਹਜ਼ਾਰਾਂ ਵਿੱਚੋਂ ਕੋਈ ਇੱਕ ਵਿਅਕਤੀ ਇਸ ਰਾਹ 'ਤੇ ਚੱਲਦਾ, ਠੀਕ ਹੈ, ਉਹਨਾਂ ਹਜ਼ਾਰਾਂ ਵਿੱਚੋਂ ਕੋਈ ਇੱਕ ਵਿਅਕਤੀ ਸਿੱਧੀ ਲਈ ਪ੍ਰਾਪਤ ਕਰਦਾ, ਤਾਂ ਉਹਨਾਂ ਵਿੱਚੋਂ ਵੀ ਕੋਈ ਇੱਕ ਵਿਅਕਤੀ ਸਿੱਧੀ ਨੂੰ ਪ੍ਰਾਪਤ ਕਰ ਪਾਉਂਦਾ। ਇਸ ਲਈ ਜ਼ਰੂਰੀ ਨਹੀਂ ਸਾਰੇ ਆ ਜਾਣਗੇ, ਕੋਈ ਨਹੀਂ ਆਏਗਾ, ਜਿਹਨੂੰ ਭਗਵਾਨ ਜਿਹਨੂੰ ਲੋੜ ਹੈ ਰੱਬ ਦੀ ਉਹੀ ਆਏਗਾ। ਮੈਂ ਰਾਤ ਵੇਲੇ ਇਸ ਕਰਕੇ ਇੱਥੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈਗਾ ਵਾਂ, ਕਿਉਂਕਿ ਰੋਸ਼ਨੀ ਦੀ ਅਹਿਮੀਅਤ ਹਨੇਰੇ 'ਚ ਪਤਾ ਲੱਗਦੀ ਹੈ, ਤਾਂ ਕਰਕੇ ਇਸ ਵਕਤ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਜਿਸ ਤਰੀਕੇ ਦਾ ਜੀਵਨ ਤੁਸੀਂ ਜੀ ਰਹੇ ਹੋ, ਸ਼ੁਰੂਆਤ ਦੇ ਵਿੱਚ ਤਾਂ ਤੁਹਾਡੇ ਲਈ ਥੋੜ੍ਹੀ ਸਟਰਗਲਿੰਗ ਰਹੀ ਹੋਏਗੀ, ਇਹ ਸਟਰਗਲ ਰਹੀ ਸੀਗੀ? ਐਕਚੁਅਲੀ 'ਚ ਮੈਂ ਤਾਂ ਘਰੋਂ ਹੀ ਪ੍ਰੈਕਟਿਸ ਕਰ ਰਿਹਾ ਸੀਗਾ, ਕਿਉਂ ਕਰਕੇ ਅਸੀਂ ਪਹਿਲਾਂ ਹੀ ਰੂਲ ਰੈਗੂਲੇਸ਼ਨ ਫੋਲੋ ਕਰ ਰਹੇ ਹਾਂ, ਗੀਤਾ ਪੜ੍ਹ ਰਹੇ ਹਾਂ, ਨੌਲੇਜ ਲੈ ਰਹੇ ਹਾਂ, ਭਗਵਾਨ ਦਾ ਨਾਮ ਲੈ ਰਹੇ ਹਾਂ, ਤਾਂ ਉਹਦੇ ਨਾਲ ਬੰਦਾ ਮਾਇੰਡ ਪ੍ਰਿਪੇਅਰ ਹੋ ਜਾਂਦਾ। ਉਹ ਕਹਿੰਦੇ ਆ ਨਾ ਕਿ
ਮਨ ਜੀਤੇ ਤੋਂ ਜਗ ਜੀਤੇ ਤਾਂ ਉਹੀ ਹੈ ਬਸ। ਇੱਕ ਵਾਰ ਤੁਸੀਂ ਪ੍ਰਿਪੇਅਰ ਹੋ ਗਏ ਨਾ, ਤੁਹਾਡਾ ਮਾਇੰਡ ਸੈੱਟ ਹੋ ਗਿਆ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਬਿਜ਼ਨਸਮੈਨ ਨੂੰ ਦੇਖੋ, ਤੁਸੀਂ ਅਗਰ ਕਿਸੇ ਨੇ ਗੋਲ ਸੈੱਟ ਕਰਿਆ ਮੈਂ 100 ਕਰੋੜ ਕਮਾਉਣਾ, ਤਾਂ ਉਹਨੂੰ ਕੋਈ ਪ੍ਰੋਬਲਮ ਆਏਗੀ ਨਹੀਂ ਨਜ਼ਰ, ਉਹਦਾ ਗੋਲ ਹੀ ਉੱਥੇ ਹੈ ਕਿ ਮੈਂ 100 ਕਰੋੜ ਕਮਾਉਣਾ ਬਸ। ਤੇ ਸੋਸ਼ਲ ਮੀਡੀਆ ਵਗੈਰਾ ਨਹੀਂ ਚਲਾਉਂਦੇ, ਰੀਲਸ ਵੀਲਸ ਕੁਛ ਨਹੀਂ ਦੇ ਯੂਟਿਊਬ ਤੇ ਵੀਡੀਓ? ਹੁਣੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਗੱਲ ਕਰ ਰਹੇ ਹੋ ਉਰੇ, ਦੇਖਦੇ ਹੋ ਤੁਸੀਂ? ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਹੀ ਆ, ਮੈਂ ਮੋਬਾਈਲ ਤਾਂ ਆਪਾਂ ਯੂਜ਼ ਹੀ ਨਹੀਂ ਕਰਦੇ। ਬਟਨ ਵਾਲਾ ਫੋਨ ਹੈ ਅਗਰ ਅਗਰ ਉਹ ਵੀ ਬਹੁਤ ਘੱਟ ਡਿਵੋਟਿਸ ਕੋਲ ਹੈ, ਐਮਰਜੈਂਸੀ ਲਈ, ਐਮਰਜੈਂਸੀ ਲਈ ਐਮਰਜੈਂਸੀ ਪੈ ਗਈ, ਠੀਕ ਹੈ, ਕਿਸੇ ਨੂੰ ਕਾਲ ਕਰਨਾ ਪੈ ਜਾਵੇ ਤਾਂ ਉਹ ਵੀ ਇੱਕਦਮ ਮੈਨੇਜਰ ਕੋਲ ਹੈਗਾ। ਮਤਲਬ ਤੁਸੀਂ ਲਿਮਿਟਿਡ ਰੱਖਿਆ ਹੋਇਆ ਕਿ ਹਾਂ ਗੱਲਬਾਤ ਹੋ ਜਾਵੇ, ਉਸ ਤੋਂ ਉੱਪਰ ਕੁਝ ਨਹੀਂ ਹੈ, ਲਿਮਿਟੇਸ਼ਨਸ ਹੋਣੀ ਜ਼ਰੂਰੀ। ਤੁਹਾਡਾ ਇਹ ਮੰਨ ਲਓ ਆਪਣਾ ਚੱਲ ਰਿਹਾ ਇੰਟਰਵਿਊ, ਇਹ ਸਾਨੂੰ ਦੇਖਣਾ ਨਹੀਂ ਹੈ, ਮਤਲਬ ਸਾਨੂੰ ਪਤਾ ਨਹੀਂ ਲੱਗੇਗਾ ਕਿੱਥੇ ਚੱਲ ਰਿਹਾ, ਕਿਆ ਹੋਇਆ, ਕਿਆ ਨਹੀਂ ਹੋਇਆ। ਦੁਨੀਆ ਲਈ ਅਸੀਂ ਪਾਗਲ ਹਾਂ, ਸਾਡੇ ਲਈ ਦੁਨੀਆ ਪਾਗਲ ਹੈ, ਠੀਕ ਹੈ, ਇਸ ਲਈ ਅਸਲੀ ਪਾਗਲ ਹੋਈ ਹੈ ਜੋ ਰੱਬ ਲਈ ਪਾਗਲ ਹੈ, ਦੁਨੀਆ ਸੰਸਾਰੀ ਮੋਹ ਲਈ ਪਾਗਲ ਹੈ। ਮੇਰੇ ਤੇ ਇਸ ਕਰਕੇ ਹੱਸਦੇ ਨੇ ਕਿਉਂਕਿ ਮੈਂ ਵੱਖਰਾ, ਤੇ ਮੈਂ ਉਹਨਾਂ ਤੇ ਇਸ ਕਰਕੇ ਹੱਸਦਾ ਕਿਉਂਕਿ ਉਹ ਸਾਰੇ ਇੱਕੋ ਜਿਹੇ। ਇਸ ਕਰਕੇ ਕਹਿੰਦੇ ਨਾ, ਕਹਿੰਦੇ ਦੁਨੀਆ ਭੀੜ ਕੇ ਪਿੱਛੇ ਭਾਗਤੀ ਹੈ ਪਰ ਕਹਿਤੀ ਹੈ ਕਿ ਰਾਸਤਾ ਵੀ ਮਿਲੇ, ਇਸ ਲਈ ਆਪਣਾ ਰਾਸਤਾ ਖੁਦ ਬਣਾਉਣਾ ਪੜਤਾ ਹੈ, ਦੁਨੀਆ ਸੇ ਭੀੜ ਸੇ ਅਲੱਗ ਚੱਲਣਾ ਪੜਤਾ ਹੈ, ਤਭੀ ਮੰਜ਼ਿਲ ਕੋ ਪ੍ਰਾਪਤ ਕਰ ਪਾਓਗੇ, ਔਰ ਮੰਜ਼ਿਲ ਪਤਾ ਹੀ ਨਹੀਂ ਲੋਕੋ ਕਿਆ ਹੈ। ਕੀ ਹੈ? ਛੱਡ ਮਾਲਕ ਤੇ ਡੋਰਾ, ਛੱਡ ਮਾਲਕ ਤੇ ਡੋਰਾ, ਉਹੀ ਹੈ। ਸੁਣਾ ਦੋ ਜੀਨੇ ਸਜਹਾਨ ਨੂੰ ਸਿਰਜਿਆ ਏ, ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ, ਉਹਨੂੰ ਖਬਰ ਹੈ ਤੇਰਿਆਂ ਮੁਨਾਫਿਆਂ ਦੀ, ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ, ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ, ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ, ਸਰਤਾਜ ਵੇ ਰਮਜ ਜੇ ਸਮਝ ਆ ਗਈ ਫਿਰ ਅੰਤ ਨਹੀਂ ਰਹਿਣਾ ਹੈਰਾਨੀਆਂ ਦਾ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਹੋਵੇਗੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾ। ਲੇਕਿਨ ਇਹਦੇ ਵਿੱਚ ਇੱਕ ਲਾਈਨ ਗਲਤ ਹੈ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ, ਲੋੜ ਹੋਵੇਗੀ ਮੰਗ ਲਈ ਵਾਧੂ ਲੋਚੀ ਨਾ, ਲੋੜ ਹੋਵੇਗੀ ਮੰਗ ਲਈ ਵਾਧੂ ਲੋਚੀ ਨਾ। ਬਟ ਇੱਕ ਜਿਹੜਾ ਸ਼ੁੱਧ ਭਗਤ ਹੈ, ਜਿਹੜਾ ਇੱਕ ਅਸਲੀ ਭਗਤ ਹੁੰਦਾ ਵਾ, ਉਹਨੂੰ ਜੇ ਲੋੜ ਵੀ ਹੋ ਗਈ ਉਹ ਤਾਂ ਵੀ ਨਹੀਂ ਮੰਗਦਾ, ਜਿੱਦਾਂ ਸੁਦਾਮਾ। ਸੁਦਾਮਾ ਬੜੀ ਤਗੜੀ ਐਗਜ਼ਾਮਪਲ ਹੈ, ਉਹ ਰੱਬ ਕੋਲ ਮੰਗਣ ਗਏ ਸੀ ਕ੍ਰਿਸ਼ਨ ਜੀ ਕੋਲ, ਹੈ ਨਾ, ਮੰਗਣ ਵੀ ਨਹੀਂ ਗਏ ਸੀਗੇ, ਮੰਗਣ ਵੀ ਨਹੀਂ ਸੀਗੇ, ਲੇਕਿਨ ਉਹਨਾਂ ਦੀ ਪਤਨੀ ਨਹੀਂ ਭੇਜਿਆ ਸੀ, ਤੇਰਾ ਯਾਰ ਕ੍ਰਿਸ਼ਨ ਬਹੁਤ ਅਮੀਰ ਹੈ, ਉਹ ਤੇ ਦਵਾਰਕਾ ਦਾ ਰਾਜਾ, ਤੇ ਤੂੰ ਮੰਗਦਾ ਕਿਉਂ ਨਹੀਂ, ਅਸੀਂ ਗਰੀਬ ਹਾਂ, ਜਾ ਆ ਚੌਲ ਲੈ ਜਾ ਥੋੜੇ ਜੇ, ਤੇ ਕੁਛ ਤੇ ਦੇਣਾ ਪਏਗਾ, ਤੇ ਕੁਛ ਤੇ ਲੈ ਕੇ ਜਾਣਾ ਚਾਹੀਦਾ ਬੰਦੇ ਨੂੰ। ਉਹ ਚੌਲ ਉਹਨਾਂ ਦੇ ਆਪਣੇ ਵੀ ਨਹੀਂ ਸੀ, ਉਹ ਵੀ ਉਹਨਾਂ ਨੇ ਮੰਗ ਕੇ ਲਏ ਸੀ ਗੁਆਂਢੀਆਂ ਕੋ, ਉਹ ਗਏ ਦਵਾਰਕਾ, ਮਗਰ ਉਹਨਾਂ ਨੂੰ ਪਤਾ ਸੀ ਕਿ ਮੈਂ ਭਗਵਾਨ ਕੋ ਕੀ ਮੰਗਾ, ਮਤਲਬ ਇੱਕ ਭਗਤ ਭਗਵਾਨ ਨੂੰ ਵੇਖ ਕੇ ਹੀ ਸੰਤੁਸ਼ਟ ਹੋ ਜਾਂਦਾ ਹੈ, ਇਸੇ ਕਰਕੇ ਉਹਨਾਂ ਨੇ ਭਗਵਾਨ ਨੂੰ ਕੁਛ ਮੰਗਿਆ ਹੀ ਨਹੀਂ, ਲੇਕਿਨ ਭਗਵਾਨ ਨੇ ਫਿਰ ਵੀ ਉਹਨਾਂ ਨੂੰ ਦੇ ਤਾ ਭਗਤੀ ਆਤਮਾ ਰਾਮ, ਹੈਨਾ। ਲੇਕਿਨ ਭਗਤ ਤੇ ਹਮੇਸ਼ਾ ਭਗਵਾਨ ਤੋਂ ਕੀ ਮੰਗਦਾ, ਭਗਤੀ ਮੰਗਦਾ, ਭਗਵਾਨ ਦੀ ਸੇਵਾ ਮੰਗਦਾ, ਇਸ ਲਈ
ਭਗਵਾਨ ਤੋਂ ਭਗਵਾਨ ਨੂੰ ਤੇ ਪਤਾ ਹੀ ਹੈ, ਲਾਈਨ ਆਈ ਨਾ ਵਿੱਚ, ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ, ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ, ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ ਆਟੋਮੈਟਿਕ ਹੀ, ਉਹਨੂੰ ਜਾਂ ਮੰਗਣ ਦੀ ਵੀ ਲੋੜ ਨਹੀਂ ਹੈਗੀ। ਇਹ ਪੂਰਾ ਕੋਂਟਰਾਡਿਕਸ਼ਨ, ਸਮਝਦਾ ਵਰਡ ਕੀ ਹੁੰਦਾ ਕੋਂਟਰਾਡਿਕਸ਼ਨ, ਇਹ ਗਾਣੇ ਦੇ ਵਿੱਚ ਕੋਂਟਰਾਡਿਕਸ਼ਨ ਹੈ, ਮੈਂ ਪੁਆਇੰਟ ਆਊਟ ਨਹੀਂ ਕਰ ਰਿਹਾ, ਤੇ ਕੋਂਟਰਾਡਿਕਸ਼ਨ ਹੈ ਜੀ। ਇੱਕ ਤਰਫ ਤੁਸੀਂ ਕਹਿ ਰਹੇ ਹੋ ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ, ਤੇ ਮੰਗਣਾ ਕਿਉਂ, ਕਿਉਂ ਮੰਗੀਏ, ਗਲਤ ਹੋ ਗਈ ਨਾ ਲਾਈਨ, ਕੋਂਟਰਾਡਿਕਸ਼ਨ ਆ ਗਈ ਨਾ, ਤੇ ਫਿਰ ਮੰਗਣਾ ਹੀ ਕਿਉਂ ਹੈ। ਜਦੋਂ ਵਕਤ ਆਏਗਾ ਆਪਣਾ ਮਿਲ ਜਾਏਗਾ, ਆਪਣੀ ਭਗਤੀ ਕਰਦੇ ਰਹੋ, ਆਪਣਾ ਕਰਮ ਕਰਦੇ ਰਹੋ। ਕਰਮ ਮਤਲਬ ਸੰਸਾਰੀ ਕਰਮ ਨਹੀਂ, ਭਗਤੀ ਕਰਮ। ਕਰਮ ਵੀ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਆ ਗੀਤਾ ਚ ਦੱਸੇ ਭਗਵਾਨ, ਅਕਰਮ, ਵਿਕਰਮ ਤੇ ਅਕਰ ਕਰਮ। ਕਰਮ ਜਿਹੜਾ ਆਪਾਂ ਰੋਟੀ ਪਾਣੀ ਕਮਾਉਣ ਲਈ ਕਰਦੇ ਹਾਂ, ਵਿਕਰਮ ਜਿਹੜੇ ਬੁਰੇ ਕਰਮ ਹੁੰਦੇ, ਲੇਕਿਨ ਅਕਰਮ ਉਹ ਚੀਜ਼ ਵਾ ਜਿਹੜੇ ਸਾਨੂੰ ਨਾ ਪੋਜ਼ਿਟਿਵ ਤੇ ਨਾ ਨੈਗੇਟਿਵ ਇਫੈਕਟ ਆਉਂਦੇ, ਉਹ ਹੁੰਦੇ ਡਿਵੋਸ਼ਨ, ਭਗਤੀ, ਉਹ ਚੀਜ਼। ਪਹਿਲਾਂ ਤਾਂ ਨਹੀਂ ਏਦਾਂ ਸੀਗੇ ਤੁਸੀਂ, ਪਹਿਲਾਂ ਤਾਂ ਰੈਪਿੰਗ ਰੂਪਿੰਗ ਵੀ ਕਰਦੇ ਰਹੇ, ਉਹ ਵੀ ਤਾਂ ਇੱਕ ਫੇਸ ਸੀਗਾ। ਹਾਂਜੀ ਸਹੀ, ਉਹ ਫੇਸ ਕੀ ਸੀ? ਬਸ ਇਹ ਵੀ ਟਾਈਮ ਪਾਸ ਸੀ, ਟਾਈਮ ਪਾਸ ਸੀ ਲਾਈਫ 'ਚ ਕਈ ਚੀਜ਼ਾਂ। ਉਹ ਹੁਨਰ ਤਾਂ ਸੀਗਾ ਯਾਰ, ਹੁਨਰ ਸੀ, ਲੇਕਿਨ ਹੁਣ ਸੇਵਾ 'ਚ ਲਾ ਰਹੇ, ਭਗਵਾਨ ਦੀ ਸੇਵਾ 'ਚ ਲਾ ਰਹੇ ਹੁਨਰ। ਪਹਿਲੇ ਆਪਣੀ ਸੇਵਾ 'ਚ ਲੱਗਣਾ ਸੀ, ਫਿਰ ਆਪਾਂ ਪੈਸੇ ਕਮਾਉਣੇ ਸੀ। ਅੱਜ ਕੱਲ੍ਹ ਕੀ ਸਿੰਗਰ ਗਾਉਂਦੇ ਨੇ, ਠੀਕ ਹੈ, ਆਡੀਸ਼ਨ ਕੌਂਸਰਟ ਕਰਦੇ ਨੇ, ਲੱਖ ਲੱਖ ਰੁਪਏ ਲੈਂਦੇ ਨੇ, ਕਰਦੇ ਕੀ, ਸ਼ਰਾਬ ਪੀਂਦੇ, ਮੀਟ ਖਾਂਦੇ, ਜਿਹੜਾ ਜਿਹੜਾ ਬੰਦਾ ਡੋਨੇਸ਼ਨ ਦੇ ਰਿਹਾ, ਠੀਕ ਹੈ, ਪੈਸੇ ਦੇ ਰਿਹਾ ਉਹਨਾਂ ਨੂੰ, ਉਸ ਪੈਸੇ ਦਾ ਯੂਜ਼ ਕਿੱਥੇ ਕਰ ਰਿਹਾ? ਮੀਟ ਖਾਣ ਲਈ, ਸ਼ਰਾਬ ਪੀਣ ਲਈ? ਕੋਈ ਵੀ ਇਹੋ ਜਿਹਾ ਸਿੰਗਰ ਦੱਸੋ ਮੈਨੂੰ ਜਿਹੜਾ ਸ਼ਰਾਬ ਨਹੀਂ ਪੀਂਦਾ, ਹੈ ਕੋਈ ਜਿਹੜਾ ਮੀਟ ਨਹੀਂ ਖਾਂਦਾ, ਨੋਰਮਲ ਅੱਜ ਦੀ ਜ਼ਿੰਦਗੀ ਲਈ? ਜਿਹੜਾ ਬੰਦਾ ਉਹਨੂੰ ਪੈਸੇ ਦੇ ਰਿਹਾ ਨਾ, ਉਹਨੇ ਉਹ ਜਿਹੜਾ ਮੀਟ ਖਾ ਰਿਹਾ ਸਿੰਗਰ, ਉਹਨੇ ਤਾਂ ਨਰਕ ਜਾਣਾ ਹੀ ਜਾਣਾ, ਜਿਹੜਾ ਉਹਨੂੰ ਪੈਸੇ ਦੇ ਰਿਹਾ ਉਹਨੇ ਵੀ ਨਰਕ ਜਾਣਾ, ਉਹ ਵੀ ਫਸ ਰਿਹਾ ਕਰਮਾਂ ਚੱਕਰ 'ਚ। ਇਸ ਲਈ ਕਲਯੁੱਗ ਦੇ ਵਿੱਚ ਦਾਨ ਦੇਣਾ ਵੀ ਬੜਾ ਔਖਾ ਵਾ, ਤੁਸੀਂ ਸੋਚ ਸਮਝ ਕੇ ਦਾਨ ਦਿਓ, ਕਿਹਨੂੰ ਦਾਨ ਦੇਣਾ ਕਿਹਨੂੰ ਨਹੀਂ ਦੇਣਾ। ਇਸੇ ਕਰਕੇ ਮੰਨ ਲਓ ਜੇ ਤੁਸੀਂ ਕਿਸੇ ਦੀ ਹੈਲਪ ਕਰਨੀ ਹੈ ਤਾਂ ਉਹਨੂੰ ਨੌਲੇਜ ਦੇਵੋ, ਭਗਵਾਨ ਦਾ ਪ੍ਰਸ਼ਾਦ ਦੇਵੋ ਖਾਣ ਲਈ, ਰੋਟੀ ਬਣਾ ਕੇ ਭੋਗ ਲਾ ਕੇ ਭਗਵਾਨ ਨੂੰ ਫੇਰ ਦੇਵੋ, ਢਿੱਡ ਵੀ ਭਰੇਗਾ ਉਹਦਾ। ਕਿਸੇ ਜੀ, ਮੈਂ ਜਦੋਂ ਤੋਂ ਇੱਥੇ ਆਇਆ, ਮੈਂ ਆ ਇੱਕ ਤੁਹਾਡਾ ਬੈਕ ਹੈ ਨਾ, ਬੈਕ ਸਹੀ ਵਰਡ ਹੈ, ਫੀਡਬੈਕ, ਹਾਂ ਹੈ, ਫੀਡਬੈਕ, ਫੀਡਬੈਕ ਇਹ ਤੁਹਾਡੇ ਗਲੇ 'ਚ ਹੈ ਔਰ ਤੁਹਾਡਾ ਹੱਥ ਇਸ ਬੈਗ ਦੇ ਅੰਦਰ ਰਹਿੰਦਾ ਔਰ ਤੁਸੀਂ ਮਾਲਾ ਜਪ ਰਹੇ ਹੋ ਤਸਬੀਹ, ਇਹ ਕੀ ਕਨਸੈਪਟ ਹੈ ਜੀ? ਇਹ ਕਨਸੈਪਟ ਵੈਸੇ ਤਾਂ ਸਾਰੇ ਰਿਲੀਜਨ ਦੇ ਵਿੱਚ ਹੈ, ਸਿੱਖਿਜ਼ਮ ਵਿੱਚ ਦੇਖ ਲਓ ਤੁਸੀਂ ਮਾਲਾ ਜਪ ਕਰਦੇ ਹੋਣੇ, ਕ੍ਰਿਸਚੈਨਿਟੀ 'ਚ ਕਰਦੇ ਹਾਂ ਰੋਜ਼ਮੈਰੀ ਕਹਿੰਦੇ ਰੋਜ਼ਰੀ, ਅਤੇ ਆਪਣਾ ਇਸਲਾਮ ਦੇ ਵਿੱਚ ਵੀ ਮਾਲਾ ਜਪ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਵੀ ਮਾਲਾ 'ਤੇ ਜਪ ਕਰਦੇ ਹਾਂ। ਮਾਲਾ 'ਤੇ ਕੋਨਸਟਰੇਸ਼ਨ ਰਹਿੰਦੀ ਹੈ ਕਿ ਅਸੀਂ ਭਗਵਾਨ ਦਾ ਨਾਮ ਲੈ ਰਹੇ ਹਾਂ, ਰੱਬ ਦਾ ਨਾਮ ਲੈ ਰਹੇ ਹਾਂ, ਮਾਈਂਡ ਨੂੰ ਇੱਕ ਮਤਲਬ ਫਿਕਸ ਕਰਨ ਲਈ। ਮੈਂ ਹੈਰਾਨ ਹਾਂ ਤੁਸੀਂ ਖੁਸ਼ ਹੋ ਦੋਵੇਂ ਜਣੇ, ਇਹ ਸਾਰੇ ਹੈਰਾਨ ਹੁੰਦੇ ਆ। ਤੁਸੀਂ ਦੇਖੋ ਸਾਡੇ ਕੋਲ ਕੁਛ ਨਹੀਂ ਹੈ, ਸਾਡੇ ਕੋਲ ਕੁਛ ਵੀ ਨਹੀਂ ਹੈ, ਤੁਹਾਡੇ ਕੋਲ ਬਹੁਤ ਕੁਛ ਹੋਣਾ, ਮਤਲਬ ਨਾ ਤਾਂ ਸਾਡਾ ਫਿਊਚਰ ਦੀ ਹੈ ਕਿ ਸਾਡਾ ਫਿਊਚਰ ਸਾਨੂੰ ਨਹੀਂ ਪਤਾ ਨਾ, ਸਾਨੂੰ ਆਪ ਨੂੰ ਨਹੀਂ ਪਤਾ ਕੀ ਹੋਣਾ ਸਾਡਾ, ਸਾਨੂੰ ਕੋਈ, ਤੁਹਾਨੂੰ ਟੈਨਸ਼ਨ ਹੋਣੀ, ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੈ, ਤੁਹਾਨੂੰ ਹੋ ਸਕਦਾ ਲੱਖ ਰੁਪਏ ਮਹੀਨੇ ਦੀ ਇਨਕਮ ਹੋਏ, ਸਾਨੂੰ ਹਜ਼ਾਰ ਦੀ ਵੀ ਇਨਕਮ ਨਹੀਂ ਹੈ, ਬਹੁਤ ਜ਼ਿਆਦਾ ਫੈਮਿਲੀ ਤੋਂ ਪਲੱਸ ਰੈਪਿਊਟਿਡ ਫੈਮਿਲੀ ਤੋਂ ਨੇ,
ਆਲੀਸ਼ਾਨ ਮਹਿਲਾਂ ਚ ਰਹਿਣ ਵਾਲੇ ਤੁਸੀਂ ਕਹਿੰਦੇ ਪਿਓ ਹੁਣ ਸਾਡੇ ਡਾਕਟਰ ਕੇਸ਼ਵਰਨ ਪ੍ਰਭੂ ਜੀ ਜਿਹੜੇ ਹੈਗੇ ਸਾਡੇ ਮੈਂਟਰ ਐਮਬੀਬੀਐਸ ਡਾਕਟਰ ਕਹਿੰਦੇ ਉਸ ਜ਼ਮਾਨੇ 'ਚ ਮੇਰੇ ਪਾਪਾ ਨੇ ਮੈਨੂੰ ਮਰਸਡੀਜ਼ ਚਲਾਉਣ ਨੂੰ ਦੇ ਸੀ ਜਿਸ ਜ਼ਮਾਨੇ 'ਚ ਲੋਕਾਂ ਦੇ ਘਰ ਸਾਈਕਲ ਹੋਏ ਨਾ ਤਾਂ ਅਮੀਰ ਮੰਨਿਆ ਜਾਂਦਾ ਬੰਦੇ ਨੂੰ ਉਸ ਜ਼ਮਾਨੇ 'ਚ ਮਰਸਡੀਜ਼ ਚਲਾਉਂਦੇ ਸੀ ਕੇਸ਼ਵਨੰਦ ਪ੍ਰਭੂ ਜੀ ਤਾਂ ਉਦੋਂ ਅਮਰੀਕਾ ਜਾਂਦੇ ਸੀ ਪਤਾ ਨਹੀਂ 1995 95 ਦੀ ਗੱਲ ਉਦੋਂ ਕਹਿੰਦੇ ਮੈਂ ਜਦੋਂ ਅਮਰੀਕਾ ਜਾਂਦਾ ਸੀ ਮੋਲ ਦੇ ਵਿੱਚ ਘੁੰਮਦਾ ਸੀ ਅਤੇ ਮੈਨੂੰ ਕੋਈ ਚੀਜ਼ ਪਸੰਦ ਨਹੀਂ ਸੀ ਆਉਂਦੀ ਮੈਂ ਵੜ ਜਾਂਦਾ ਸੀ ਲਾਇਬ੍ਰੇਰੀ 'ਚ ਬੁੱਕਸ ਡਿਪਾਰਟਮੈਂਟ ਜਿਹੜਾ ਹੁੰਦਾ ਸੀ ਉੱਥੇ ਜਾ ਕੇ ਬੁੱਕਸ ਪੜ੍ਹਦਾ ਸੀ ਬਸ ਉਹਨਾਂ ਨੇ ਪੜ੍ਹਨ 'ਚ ਇੰਨਾ ਇੰਟਰਸਟ ਧਾਰਮਿਕ ਬੁੱਕ ਪੜ੍ਹਨੀ ਉਹਨਾਂ ਨੂੰ ਬਾਈਬਲ ਰੱਟੀ ਹੋਈ ਹੈ ਜੀ ਬਾਈਬਲ ਬਹੁਤ ਸ਼ੌਕੀਨ ਬਾਈਬਲ ਪੜ੍ਹਨ ਦੇ ਅੱਛਾ ਜਿਵੇਂ ਤੁਸੀਂ ਭਗਵਾ ਧਾਰਨ ਕੀਤਾ ਤੁਸੀਂ ਸਫੇਦ ਪਾਇਆ ਇਹ 'ਚ ਕੀ ਫਰਕ ਹੈ ਇਹਦਾ ਆਂਸਰ ਹੀ ਦੇਣਗੇ ਉਹ ਤਾਂ ਚਲੋ ਗੁਰੂ ਚਲੋ ਕੁਆਲੀਫਿਕੇਸ਼ਨ ਤੁਹਾਡੇ 'ਚ ਜ਼ੀਰੋ ਹੈ ਕੋਈ ਕੁਆਲੀਫਿਕੇਸ਼ਨ ਨਹੀਂ ਹੈਗੀ ਗੁਰੂ ਦੀ ਮਰਜ਼ੀ ਨਾਲ ਸਾਨੂੰ ਮਿਲਿਆ ਠੀਕ ਹੈ ਗੁਰੂ ਜਿੱਦਾਂ ਕਹਿੰਦੇ ਨੇ ਅਸੀਂ ਉੱਦਾਂ ਕਰਦੇ ਟੀਚਰ ਗੁਰੂ ਤਾਂ ਸ਼ਬਦ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜਾ ਇੱਕ ਕਹਿੰਦੇ ਨੇ ਬਦਨਾਮ ਹੋ ਚੁੱਕਿਆ ਹੈ ਲੇਕਿਨ ਇੱਥੇ ਅਸੀਂ ਪ੍ਰਭੂ ਜੀ ਕਹਿੰਦੇ ਹਾਂ ਠੀਕ ਹੈ ਅਤੇ ਪ੍ਰਭੂ ਜੀ ਨੇ ਜਿੱਦਾਂ ਸਾਨੂੰ ਗਾਈਡ ਕੀਤਾ ਜਿੱਦਾਂ ਸਾਨੂੰ ਕਰਦੇ ਨੇ ਅਸੀਂ ਉੱਦਾਂ ਕਰਦੇ ਹਾਂ ਠੀਕ ਹੈ ਜੋ ਉਹਨਾਂ ਦੀ ਸੋਚ ਹੈ ਜੋ ਸ਼ਾਸਤਰਾਂ 'ਚ ਲਿਖਿਆ ਠੀਕ ਹੈ ਅਸੀਂ ਸ਼ਾਸਤਰਾਂ ਦੇ ਅਕੋਰਡਿੰਗ ਚੱਲਦੇ ਹਾਂ ਫਰਕ ਟ੍ਰੇਨਿੰਗ ਦਾ ਕਿ ਮੈਨੂੰ ਥੋੜ੍ਹਾ ਟਾਈਮ ਜ਼ਿਆਦਾ ਹੋ ਗਿਆ ਇਹਨਾਂ ਨੂੰ ਹਜੇ ਸਾਲ ਮੈਨੂੰ ਹਾਂ 6 ਸਾਲ ਹੋ ਗਏ ਇਹਨਾਂ ਨੂੰ ਇਹ 1.5 ਸਾਲ ਸੀਨੀਅਰ ਜੂਨੀਅਰ ਵਾਲਾ ਉਹ ਇਦਾਂ ਹਾਂਜੀ ਥੋੜ੍ਹਾ ਇਦਾਂ ਕਹਿ ਸਕਦੇ ਜਦੋਂ ਇੱਥੋਂ ਕਦੀ ਕੋਈ ਟਰੈਕਟਰ ਲੰਘੇ ਮੂਸੇ ਵਾਲੇ ਦਾ ਗੀਤ ਲੱਗਾ ਹੋਵੇ ਉਹ ਤਾਂ ਕਦੀ ਸੁਣੇ ਨੀ ਮੂਸੇ ਵਾਲਾ ਤਾਂ ਹੁਣ ਪੈ ਹੀ ਜਾਂਦੇ ਆ ਹਾਂਜੀ ਕੰਨ 'ਚ ਤਾਂ ਪੈ ਹੀ ਜਾਂਦੇ ਆ ਲੇਕਿਨ ਪੁਰਾਣੇ ਸੁਣੇ ਸੀ ਲੇਕਿਨ ਜਦੋਂ ਦੇ ਅਸੀਂ ਇੱਦਾਂ ਇੱਧਰ ਆਏ ਹਾਂ ਉਦੋਂ ਦੇ ਟਾਈਮ ਬਹੁਤ ਬਦਲ ਗਿਆ ਨਵੇਂ ਨਵੇਂ ਸਿੰਗਰ ਆ ਗਏ ਫਿਰ ਇੰਟਰਸਟ ਹੀ ਨਹੀਂ ਹੈਗਾ ਅਤੇ ਪਹਿਲੇ ਪੁਰਾਣੇ ਸਿੰਗਰ ਸੀ ਸੁਣਦੇ ਸੀ ਪੁਰਾਣੇ ਸਿੰਗਰਾਂ ਦੇ ਉਦੋਂ ਸਭ ਭੁੱਲ ਭੱਲ ਗਏ ਕੋਈ ਟਾਈਮ ਵੇਸਟ ਹੀ ਆ ਅੱਜ ਲੇਟ ਹੋ ਗਿਆ ਸੌਣ 'ਚ ਨਹੀਂ 8 ਵਜੇ 8:30 ਹਾਂ ਚਲੋ 9 ਵਜੇ ਸੋ ਜਾਂਦੇ ਹਾਂ 9 ਵਜੇ ਤੱਕ ਸਵੇਰੇ ਕਿੰਨੇ ਵਜੇ ਉੱਠਦੇ ਹੋ 3:30 ਤੱਕ ਅੱਛਾ ਲੇਟ ਜੁੜੇ ਹੋ ਲੇਟ ਕੌਣ ਨਾਲ ਲੇਟ ਜੁੜੇ ਲੱਗਦਾ ਕਦੀ ਲੇਟ ਜੁੜੇ ਆ ਜਲਦੀ ਜੁੜ ਗਏ ਕੁਦਾ ਇਦਾਂ ਦਾ ਭਾਵ ਆ ਕਿਉਂਕਿ ਉੱਥੇ ਛੋਟੇ ਛੋਟੇ ਬੱਚੇ ਮੈਂ ਵੇਖਦਾ ਬਿਲਕੁਲ ਜੀ ਬਿਲਕੁਲ ਕੀ ਲੱਗਦਾ ਬਿਲਕੁਲ ਕਿਸੇ ਬਹੁਤ ਜ਼ਿਆਦਾ ਲੇਟ ਹੋ ਗਏ ਲੇਟ ਨਹੀਂ ਬਹੁਤ ਜ਼ਿਆਦਾ ਲੇਟ ਹੋ ਗਏ ਕਿਉਂਕਿ ਇਹ ਬਹੁਤ ਕੰਮ ਪੈਂਡਿੰਗ ਪਿਆ ਬਹੁਤ ਕੰਮ ਇਹਦੇ ਬੜਾ ਕੁਝ ਕਰਨਾ ਵਾ ਬੜਾ ਕੁਝ ਇੰਟਰਨਲ ਕਰਨਾ ਹੈ ਨਾ ਇੰਟਰਨਲ ਇੰਟਰਨਲੀ ਐਕਸਟਰਨਲੀ ਨਹੀਂ ਕੰਮ ਆਤਮਾ ਦੇ ਕਰਨਾ ਨਾ ਆਪਾਂ ਕੰਮ ਆਤਮਾ ਦੇ ਕਰਨਾ ਨਾ ਇਹ ਕੰਮ ਸਰੀਰ ਦੇ ਲੈਵਲ ਤੇ ਹੈ ਹੀ ਨਹੀਂ ਹੈ ਆਤਮਾ ਦੇ ਲੈਵਲ ਤੇ ਸਭ ਤੋਂ ਪਹਿਲੇ ਆਪਣੀ ਜਿਹੜੀ ਆਤਮਾ ਦੀ ਸਰਜਰੀ ਕਰਨੀ ਹੈ ਆਤਮਾ ਦੀ ਸਰਜਰੀ ਕਰਨੀ ਸਹੀ ਹੈ ਹਨੇਰੇ 'ਚ ਡਰ ਨਹੀਂ ਲੱਗਦਾ ਤੁਹਾਨੂੰ ਡਰ ਡਰ ਕਦਾ ਸੋ ਜਾਣਾ ਹੁਣ ਰਜਾਈ 'ਚ ਵੜ ਕੇ ਤਾਂ ਉਹ ਕਹਿੰਦੇ ਆ ਨਾ ਕਿ ਰੱਬ ਹੈ ਤਾਂ ਫਿਕਰ ਕਿਉਂ ਨਹੀਂ ਹੈ ਤਾਂ ਜ਼ਿਕਰ ਕਿਉਂ ਸਾਡੇ ਵਰਗਾ ਬੰਦਾ ਹੁਣ ਬਾਹਰ ਠੰਡ 'ਚ ਬੈਠਾ ਹੋਵੇ ਤੇ ਹੁਣ ਕਹਿ ਦੇ ਕਿ ਚਾਹ ਪੀ ਲਈ ਜਾਂਦੇ ਚਾਹ ਪੀ ਲੈਂਦੇ ਹਾਂ ਚਾਹ ਪੀਣੀ ਚਾਹੀਦੀ ਹੈ ਤੁਹਾਡਾ ਮਤਲਬ ਤੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਜੋ ਡਿਨਰ ਕਰ ਲਿਆ ਉਸ ਤੋਂ ਬਾਅਦ ਕੁਛ ਨਹੀਂ ਹੈ ਅੰਦਰ ਕੁਛ ਨਹੀਂ ਜਾਂਦਾ ਉਸ ਤੋਂ ਬਾਅਦ ਨਹੀਂ ਸਾਡੀ ਇਹ ਰੂਟੀਨ ਬਣ ਚੁੱਕੀ ਹੈ ਸਾਨੂੰ ਭੁੱਖੀ ਉਸੇ ਟਾਈਮ ਹੀ ਲੱਗੇਗੀ ਪੂਰੇ ਸ਼ਡਿਊਲ ਹੀ ਡਿਜ਼ਾਈਨਡ ਹੈ ਨਾ ਇੱਦਾਂ ਦਾ ਹਾਂ ਆਪਾਂ ਸਕੂਲ 'ਚ ਸਕੂਲ 'ਚ ਰਿਸੈਸ ਹੁੰਦੀ ਹੈ ਰਿਸੈਸ ਵੇਲੇ ਹੀ ਖਾਣਾ ਠੀਕ ਹੈ ਬਾਕੀ ਫਿਰ ਛੁੱਟੀ ਹੋਣ ਤੋਂ ਬਾਅਦ ਖਾਣਾ ਘਰ ਜਾ ਕੇ ਜੋ ਵੀ ਖਾਣਾ ਖਾਣਾ ਲੇਕਿਨ ਇੱਕ ਚੱਲਦਾ ਪਿਆ ਅਸੀਂ ਸਕੂਲ ਦੇ ਟਾਈਮ ਦੇ ਅਗਰ ਪੀਰੀਅਡ ਚੱਲ ਰਿਹਾ ਸਕੂਲ ਦਾ ਠੀਕ ਹੈ ਮੈਥ ਦਾ ਪੀਰੀਅਡ ਚੱਲੋ ਨਹੀਂ ਖਾ ਸਕਦੇ ਨਹੀਂ ਖਾ ਸਕਦੇ ਰੂਲਸ ਐਂਡ ਰੈਗੂਲੇਸ਼ਨ ਹੈ ਸਟ੍ਰਿਕਟ ਅਤੇ ਤੁਸੀਂ ਰੂਲਸ ਐਂਡ ਰੈਗੂਲੇਸ਼ਨ 'ਚ ਰਹੋਗੇ ਸਟ੍ਰਿਕਟ ਤਾਂ ਹੀ ਤੁਸੀਂ ਅੱਗੇ ਵੱਧ ਪਾਓਗੇ ਨਹੀਂ ਤਾਂ ਨਹੀਂ ਵੱਧ ਪਾਓਗੇ ਇਹਦੀ ਇਗਜ਼ਾਮਪਲ ਟਿਪੀਕਲ ਇਗਜ਼ਾਮਪਲ ਹੈ ਗੁੱਡੀ ਦੀ ਪਤੰਗ ਉਹ ਡੋਰ ਨਾ ਬੰਨੀ ਦੇਗੀ ਉੱਨੀ ਉੱਚੀ ਉੱਡੇਗੀ ਡੋਰ ਕੱਟ ਜਾਏਗੀ ਥੱਲੇ ਡਿੱਗ ਜਾਏਗੀ ਹੈ ਨਾ ਦੁਨੀਆ ਸੋਚਦੀ ਹੈ ਕਿ ਅਸੀਂ ਨਿਯਮਾਂ ਦੇ ਵਿੱਚ ਨਹੀਂ ਬਣ ਸਕਦੇ ਬਈ
ਸਾਡੇ ਕੋਲ ਨਿਯਮ ਵਿੱਚ ਨਹੀਂ ਬੰਨਿਆ ਜਾਂਦਾ। ਨਹੀਂ ਫਿਰ ਨਹੀਂ ਸਹੀ ਤੁਹਾਨੂੰ ਜੋ ਫਿਰ ਜੇ ਤੁਸੀਂ ਨਹੀਂ ਬੰਨ ਸਕਦੇ ਨਹੀਂ ਫਿਰ ਠੀਕ ਹੈ, ਤੁਹਾਨੂੰ ਉਹ ਵੀ ਨਹੀਂ ਪ੍ਰਾਪਤ ਹੋਣਾ। ਫਿਰ ਜਿੰਨਾ ਤੁਸੀਂ ਕਹਿੰਦੇ ਨਾ ਨਿਯਮ ਆਪਾਂ ਨੂੰ ਫ੍ਰੀ ਕਰਦੇ ਆ, ਬੰਦੇ ਨਹੀਂ। ਰੂਲਸ ਐਂਡ ਰੈਗੂਲੇਸ਼ਨ ਫੋਰ ਫਰੀਡਮ, ਭਗਵਦ ਗੀਤਾ। ਮੇਨ ਗੇਟ ਤੁਸੀਂ ਲੋਹੇ ਦਾ ਜਾਂ ਸਟੀਲ ਦਾ ਕਿਉਂ ਨਹੀਂ ਲਵਾਇਆ? ਚੋਰੀ ਚਾਰੀ ਦਾ ਡਰ ਨਹੀਂ ਲੱਗਦਾ? ਚੋਰੀ ਕੀ ਕਰਨੀ ਉੱਥੇ, ਇੱਟਾਂ ਮਿੱਟੀ ਦੀਆਂ, ਮਿੱਟੀ ਕੋਲ ਕਿਆ ਲੈ ਜਾਓ, ਹੈ ਕੀ ਇੱਥੇ ਲੱਕੜਾਂ, ਲੱਕੜਾਂ ਕੀ ਕਰਨੀਆਂ ਨੇ, ਕੁਛ ਵੀ ਨਹੀਂ ਹੈਗਾ ਚੋਰੀ ਵਾਲਾ, ਇੱਥੇ ਕੀ ਚੋਰੀ ਕਰੇਗਾ ਕੀ। ਇਸ ਲਈ ਕਹਿੰਦੇ ਨਾ ਤੁਸੀਂ ਉਹ ਚੀਜ਼ ਕਮਾਓ ਜੋ ਤੁਹਾਡੇ ਕੋਲ ਕੋਈ ਖੋ ਨਹੀਂ ਸਕਦਾ, ਤੁਸੀਂ ਉਹ ਚੀਜ਼ ਕਮਾਓ ਜੋ ਤੁਹਾਡੀ ਕਦੀ ਖਤਮ ਨਹੀਂ ਹੋ ਸਕਦੀ, ਜੋ ਕੀ ਹੈ ਭਗਤੀ। ਭਗਤੀ ਕੀ ਚੋਰੀ ਕਰੇਗਾ, ਭਗਤੀ ਕੀ ਖੋਏਗਾ। ਇਸ ਲਈ ਉਹ ਚੀਜ਼ ਕਮਾਓ, ਪਰਮਾਨੈਂਟ ਚੀਜ਼ ਲਈ ਪ੍ਰਯਾਸ ਕਰੋ ਨਾ। ਟੈਂਪਰੇਰੀ ਚੀਜ਼ ਲਈ ਹਰ ਕੋਈ ਪ੍ਰਯਾਸ ਕਰਦਾ ਪਿਆ, ਟੈਂਪਰੇਰੀ ਚੀਜ਼ ਲਈ ਤਾਂ ਹਰ ਕੋਈ ਕੰਮ ਕਰਦਾ ਪਿਆ। ਆਈਫੋਨ ਅੱਜ ਆ ਗਿਆ 14 ਪ੍ਰੋ ਆ ਗਿਆ, ਠੀਕ ਹੈ, ਪਹਿਲਾਂ 13 ਵਿੱਚ ਵੀ ਲੋਕ ਪਸੰਦ ਸੀ, ਲੇਕਿਨ 14 ਆਉਣ ਤੋਂ ਬਾਅਦ ਪਰੇਸ਼ਾਨ ਹੋ ਗਏ ਯਾਰ, 14 ਹੋਣਾ ਚਾਹੀਦਾ। ਫਿਰ ਹੋਰ ਸਦਾਈਆਂ ਵਾਂਗੂ ਖੋਤਿਆਂ ਵਾਂਗੂ ਕੰਮ ਕਰਦੇ ਨੇ ਲੋਕ, ਠੀਕ ਹੈ। ਬਸ ਹੋਰ ਕੀ, ਬਸ ਐਵੇਂ ਫਾਲਤੂ ਹਰੀ ਜੀ ਘਾਹ, ਜਿੱਦਾਂ ਖੋਤਾ ਹੁੰਦਾ ਨਾ, ਖੋਤਾ, ਖੋਤੇ ਨੂੰ ਸਾਰੇ ਉਮਰ ਸਾਰੀ ਦਿਹਾੜੀ ਕੰਮ ਕਰਾਉਂਦੇ, ਐਂਡ 'ਚ ਕੀ ਦਿੰਦੇ ਨੇ ਜੀ ਘਾਹ। ਅੱਜ ਕੱਲ੍ਹ ਜਿੰਨੇ ਵੀ ਕਾਰਪੋਰੇਟ ਸੈਕਟਰ ਵਿੱਚ ਕੰਮ ਕਰ ਰਹੇ ਸੋਫਟਵੇਅਰ ਇੰਜੀਨੀਅਰ, ਕੀ ਹੈ, ਖੋਤੇ ਨੇ, ਹੋਰ ਕੀ ਹੈ, ਖੋਤਿਆਂ ਵਾਂਗੂ ਕੰਮ ਕਰ ਰਹੇ ਨੇ। ਇੱਕ ਬੰਦਾ ਹੀ ਚਲਾ ਰਿਹਾ ਉਹਨਾਂ ਨੂੰ, ਖੋਤਿਆਂ ਨੂੰ ਕਾ ਪਾ ਰਿਹਾ, ਉਹ ਚੱਲ ਰਿਹਾ, ਨਾ ਇੰਜੋਇਮੈਂਟ ਨਾ ਕੁਛ। ਸਾਰੀ ਦਿਹਾੜੀ ਸਵੇਰੇ 9 ਤੋਂ ਲੈ ਕੇ ਰਾਤੀ 9 ਤੱਕ 12 ਘੰਟੇ ਕੰਮ, ਲੈਪਟੋਪ ਲੈਪਟੋਪ ਲੈਪਟੋਪ, ਮੇਰੇ ਕਈ ਯਾਰ ਲੈਪਟੋਪ 'ਤੇ ਬੈਠੇ ਰਹਿੰਦੇ, ਪਾਗਲ ਹੋ ਗਏ, ਅੱਖਾਂ ਕਾਲੀਆਂ ਹੋ ਗਈਆਂ, ਇੰਜ ਇੰਜ ਕਰਕੇ। ਕੁਛ ਵੀ ਕੀ ਜ਼ਿੰਦਗੀ ਹੈ, ਪੈਸਾ ਪੈਸਾ ਖਾਣਾ ਵਾ, ਕਰੋਨਾ ਦੇ ਵਿੱਚ ਕਿਹਦੇ ਕੰਮ ਆ ਗਿਆ ਪੈਸਾ? ਬਾਬਾ ਬੁੱਲੇ ਸ਼ਾਹ ਕੀ ਕਹਿੰਦੇ ਆ, ਬੁੱਲੇ ਸ਼ਾਹ ਕੀ ਕਹਿੰਦੇ, ਕਹਿੰਦੇ ਕੁਝ ਬਾਬਾ ਬੁੱਲੇ ਸ਼ਾਹ ਕੀ ਕਹਿੰਦੇ ਆ? ਉਹ ਬੜੀ ਸੋਹਣੀਆਂ ਲਾਈਨਾਂ ਲਿਖੀਆਂ, ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਹਾਂ, ਤੇਰਾ ਪਤਾ ਨਹੀਂ ਮਿਲਦਾ, ਉਂਝ ਨਾਮ ਤਾਂ ਲੈਂਦੇ ਹਾਂ, ਚੁੱਭੀਆਂ ਵੀ ਲਾਈਆਂ ਨੇ ਇਹ ਮਨ ਫੇਰ ਵੀ ਗੰਦਾ ਏ, ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ, ਬੜਾ ਖੌਰੂ ਪਾਇਆ ਏ ਕੁੱਟ ਤਬਲੇ ਹੱਥਾਂ ਨੇ, ਪਰ ਜਿਨ੍ਹਾਂ ਨੂੰ ਤੂੰ ਦਿਸਦਾ ਕੋਈ ਹੋਰ ਹੀ ਅੱਖਾਂ ਨੇ। ਸਹੀ ਗੱਲ ਹੈ, ਜਦੋਂ ਭਗਵਾਨ ਨੇ ਗੀਤਾ ਸੁਣਾਈ ਨਾ, ਭਗਵਦ ਗੀਤਾ 'ਚ ਜਦੋਂ ਭਗਵਾਨ ਨੇ ਅਰਜੁਨ ਨੂੰ ਵਿਰਾਟ ਰੂਪ ਦੱਸਿਆ, ਕੀ ਦਿੱਤਾ ਉਹਨੂੰ, ਦਿਵਯ ਦ੍ਰਿਸ਼ਟੀ ਦਿੱਤੀ ਨਾ, ਉਹ ਜਦੋਂ ਭਗਵਾਨ ਦੀ ਕਿਰਪਾ ਹੋਏਗੀ ਉਦੋਂ ਹੀ ਮਿਲੇਗੀ ਨਾ, ਉਹ ਚੀਜ਼ ਹੈ ਭਗਵਾਨ ਨੂੰ ਵੇਖਣ ਵਾਸਤੇ। ਜਿੱਦਾਂ ਜਿੱਦਾਂ ਲੋਕ, ਤੁਹਾਨੂੰ ਇੱਕ ਸਟੋਰੀ ਸੁਣਾਉਣਾ, ਸੁੱਖ ਦੀ, ਇੱਕ ਸੁੱਖ ਦੀ ਸਟੋਰੀ ਸੁਣਾਉਣਾ। ਕਹਿੰਦੇ ਦੁਨੀਆਂ 'ਚ ਲੋਕ ਸੁੱਖ ਲੱਭ ਰਹੇ ਆ ਨਾ, ਲੇਕਿਨ ਭਗਵਦ ਗੀਤਾ ਦੇ ਅਕੋਰਡਿੰਗ ਭਗਵਤ ਦੁਨੀਆਂ 'ਚ ਸੁੱਖ ਹੈਗਾ। ਭਗਵਾਨ ਕਹਿ ਰਹੇ ਦੁੱਖ ਹਾਲੇ ਮੋਸ਼ਾਸ਼ਤਮ, ਇਹ ਸੰਸਾਰ ਦੁੱਖਾਂ ਦਾ ਘਰ ਹੈ, ਇਸੇ 'ਚ ਸੁੱਖ ਹੈ ਹੀ ਨਹੀਂ, ਸੁੱਖ ਕਿੱਥੋਂ ਲੱਭ ਜਾਏਗਾ? ਉਹ ਸੁੱਖ ਲੇਕਿਨ ਅਨੁਭਵ ਹੁੰਦਾ ਲੋਕਾਂ ਨੂੰ ਕਿ ਹੈਗਾ ਹੈਗਾ, ਉਹ ਅਨੁਭਵ ਨਹੀਂ ਹੈਗਾ, ਉਹ ਅਭਾਸ ਹੈ, ਮਹਿਸੂਸ ਹੁੰਦਾ ਕਿ ਸੁੱਖ ਹੈਗਾ ਲੇਕਿਨ ਉਹਨੂੰ ਇੰਜੋਏ ਨਹੀਂ ਕਰ ਪਾਉਂਦੇ ਨਾ। ਉਹ ਇੱਕ ਸਟੋਰੀ ਆਉਂਦੀ ਹੈ, ਦੋ ਲੜਕੇ ਬੜੇ ਸ਼ੈਤਾਨ, ਤੋ ਇੱਕ ਮੁੰਡਾ ਕਹਿੰਦਾ ਦੂਜੇ ਨੂੰ, ਕਹਿੰਦਾ ਯਾਰ ਕੱਲ੍ਹ ਨਾ ਸਕੂਲ ਜਾਣ ਦਾ ਮਨ ਨਹੀਂ ਕਰਦਾ, ਛੁੱਟੀ ਪੈ ਜੇ, ਛੁੱਟੀ ਹੋ ਜੇ। ਕਹਿੰਦਾ ਕੀ ਕਰੀਏ ਫਿਰ? ਕਹਿੰਦਾ ਚੱਲ ਦਿਮਾਗ ਲਈ ਕੁਛ ਨਾ ਕੁਛ ਤਾਂ ਕਰੀਏ ਇਲਾਜ। ਉਹ ਕੀ ਕਹਿੰਦੇ, ਉਹ ਲਿਆਂਦੇ 3 ਬੱਕਰੀਆਂ, ਠੀਕ ਹੈ, ਉਹਨਾਂ ਨੇ ਇੱਕ ਬੱਕਰੀ 'ਤੇ ਨੰਬਰ ਪਾਇਆ 1, ਦੂਜੀ ਬੱਕਰੀ 'ਤੇ ਨੰਬਰ ਪਾਇਆ 2, ਤੀਜੀ ਬੱਕਰੀ 'ਤੇ ਨੰਬਰ ਪਾਇਆ 4, ਠੀਕ ਹੈ, 3 ਬੱਕਰੀਆਂ ਲੈ ਕੇ ਤੀਜੀ 'ਤੇ ਚੌਥਾ ਨੰਬਰ, ਹਾਂ ਠੀਕ ਹੈ। ਅਤੇ ਉਹਨਾਂ ਨੇ ਕੀ ਕੀਤਾ, 3 ਬੱਕਰੀਆਂ ਲੈ ਕੇ ਛੱਡਤੀਆਂ ਸਕੂਲ ਦੇ ਵਿੱਚ, ਠੀਕ ਹੈ, ਸਾਰੀ ਰਾਹਤ ਉਹਨਾਂ ਨੇ ਤਹਿਸ ਮਹਿਸ ਕਰਿਆ, ਗੰਦ ਪਾਤਾ ਸਾਰਾ ਹੀ, ਉਥਲ ਪੁਥਲ ਕਰਤਾ ਸਕੂਲ। ਉਹ ਕਹਿੰਦੇ, ਕਹਿੰਦੇ ਯਾਰ 3 ਬੱਕਰੀਆਂ ਫੜੀ ਗਈਆਂ, 1 ਨੰਬਰ, 2 ਨੰਬਰ ਅਤੇ 4 ਨੰਬਰ, ਤੀਜੀ ਬੱਕਰੀ ਲੱਭੀ, ਫੜੋ ਲੱਭੋ ਲੱਭੋ। ਉਹ ਲੱਭਣ ਲੱਗੇ ਤੀਜੀ ਬੱਕਰੀ, ਯੂੰ ਲੱਭਣ ਲੱਗੇ, ਯੂੰ ਲੱਭਣ ਲੱਗੇ, ਯੂੰ ਲੱਭਣ ਲੱਗੇ, ਤੀਜੀ ਬੱਕਰੀ ਨਹੀਂ ਲੱਭੀ, ਛਾਂ ਪੈ ਗਈ, ਤੇ ਲੱਭੇ ਕਿੱਥੋਂ, ਤੀਜੀ ਬੱਕਰੀ ਤੇ ਹੈ ਹੀ ਨਹੀਂ। ਲੇਕਿਨ ਇੱਥੇ ਇੱਕ ਕੋਈ ਕੁਐਸਚਨ ਵੀ ਨਹੀਂ ਕਰ ਸਕਦਾ ਤੀਜੀ ਬੱਕਰੀ ਹੈ, ਤੁਹਾਨੂੰ ਡਾਊਟ ਵੀ ਨਹੀਂ ਆਏਗਾ ਯਾਰ ਤੀਜੀ ਬੱਕਰੀ ਹੋ ਹੀ ਨਹੀਂ ਸਕਦੀ, ਕਿਉਂ ਨਹੀਂ ਹੋ ਸਕਦੀ ਯਾਰ,
ਚੌਥਾ ਨੰਬਰ ਹੈਗਾ, ਦੂਜਾ ਨੰਬਰ ਹੈਗਾ, ਇੱਕ ਨੰਬਰ ਹੈਗਾ, ਤੀਜਾ ਨਹੀਂ ਹੈਗਾ, ਇਹਦਾ ਮਤਲਬ ਤੀਜੀ ਹੈਗੀ ਹੈ, ਹੈਗੀ ਹੈ ਨਾ। ਲੇਕਿਨ ਉਹ ਤਾਂ ਸਿਰਫ ਦੋ ਮੁੰਡਿਆਂ ਨੂੰ ਪਤਾ ਸੀ ਤੀਜੀ ਨਹੀਂ ਹੈਗੀ, ਬਾਕੀ ਕੋਈ ਕੁਐਸਚਨ ਵੀ ਨਹੀਂ ਕਰ ਸਕਦਾ ਕਿ ਤੀਜੀ ਬੱਕਰੀ ਹੈ ਨਹੀਂ ਇੱਥੇ। ਇਸੇ ਤਰ੍ਹਾਂ ਸੰਸਾਰ ਹੈ, ਇਹ ਸੰਸਾਰ 'ਚ ਸਿਰਫ ਰੱਬ ਨੂੰ ਪਤਾ ਕਿ ਸੰਸਾਰ 'ਚ ਸੁੱਖ ਨਹੀਂ ਪਾਇਆ ਮੈਂ, ਇਸੇ ਸੰਸਾਰ ਦੇ ਲੋਕਾਂ ਨੂੰ ਨਹੀਂ ਪਤਾ ਕਿ ਸੰਸਾਰ 'ਚ ਸੁੱਖ ਹੈਗਾ ਕਿ ਨਹੀਂ ਹੈਗਾ। ਇਹ ਰੱਬ ਦੀ ਗੱਲ ਭਗਵਦ ਗੀਤਾ 'ਚ ਪੜ੍ਹਾਂਗੇ ਤਾਂ ਹੀ ਪਤਾ ਲੱਗੇਗਾ ਸੰਸਾਰ 'ਚ ਸੁੱਖ ਨਹੀਂ ਹੈਗਾ। ਇੱਕ ਵਾਰੀ ਜਿੰਨੀ ਵੀ ਸਾਡੀ ਟੈਕਨੀਕਲ ਟੀਮ ਪਿੱਛੇ ਖੜੀ ਹੈ, ਮੈਂ ਚਾਹੁੰਦਾ ਇੱਕ ਵਾਰੀ ਸਾਰੀਆਂ ਲਾਈਟਾਂ ਆਫ ਕਰਕੇ ਦੁਬਾਰਾ ਔਨ ਕਰੋ, ਕੈਮਰਾ ਐਜ਼ ਇਟ ਇਜ਼ ਹੀ ਰਹਿਣ ਦੇਣਾ, ਪਤਾ ਤਾਂ ਲੱਗੇ ਹੀ ਬੈਠੇ ਕਿੱਥੇ ਹੋਏ ਆ। ਸਾਰੀਆਂ ਆਫ ਕਰ। ਔਨ ਕਰੋ, ਇਹ ਜਗ੍ਹਾ ਤੇ ਬੈਠੇ ਆ ਨਾ ਬੰਦਾ ਨਾ ਬੰਦੇ ਕੀ ਜਾਤ, ਬੰਦੇ ਕੀ ਜਾਤ, ਕਮਾਲ ਹੈ ਯਾਰ। ਪਿੰਡ ਵਾਲੇ ਤੁਹਾਡੇ ਬਾਰੇ ਕੀ ਸੋਚਦੇ? ਐਕਚੁਲੀ ਜੇ ਨਾ ਪ੍ਰੈਕਟੀਕਲ ਮਾਡਲ ਹੈ, ਅਸੀਂ ਸੀ ਯੂਟਿਊਬ ਤੇ ਗੱਲਾਂ ਕਰਦੇ ਰਹੀਏ ਕਿ ਇਸ ਤਰ੍ਹਾਂ ਰਹੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਹੋ ਸਕਦਾ। ਇੱਕ ਪ੍ਰੈਕਟੀਕਲ ਲਾਈਫ ਹੈ ਤੇ ਇੱਕ ਆਪਣੀ ਲਾਈਫ ਨੂੰ ਪਰਫੈਕਟ ਕਰਨ ਦਾ ਇੱਕ ਬਹੁਤ ਬਹੁਤ ਅੱਛਾ ਮਾਡਲ ਹੈ। ਅਦਰਵਾਈਜ਼ ਤਾਂ ਫਿਰ ਅੱਛਾ ਮਾਡਲ ਹੈ, ਡਿਫੀਕਲਟ ਬਹੁਤ ਹੈ ਲੱਗਦਾ ਐਕਚੁਲੀ। ਅਗਰ ਸੈਂਟਰ ਪੁਆਇੰਟ ਕ੍ਰਿਸ਼ਨ ਹੋਣਗੇ, ਗੀਤਾ ਹੋਏਗੀ, ਭਗਵਾਨ ਹੋਣੇਗਾ, ਰੱਬ ਹੋਏਗਾ, ਤਾਂ ਈਜ਼ੀ ਹੈ। ਕਿਉਂ ਕਰਕੇ ਅਗਰ ਦੇਖੋ ਤੁਸੀਂ ਆਪਣੀ ਫੈਮਿਲੀ ਲਈ ਜਾਂ ਕੋਈ ਵੀ ਬੰਦਾ ਆਪਣੀ ਫੈਮਿਲੀ ਲਈ ਕਿੰਨਾ ਸਫ਼ਰ ਕਰਦਾ, ਬੱਚਿਆਂ ਨੂੰ ਪਾਲਣ ਲਈ, ਆਪਣੀ ਫੈਮਿਲੀ ਨੂੰ ਅੱਗੇ ਵਧਾਉਣ ਲਈ, ਜਾਂ ਬਿਜ਼ਨਸ ਕਰਦਾ, ਕਿੰਨਾ ਸਫ਼ਰ ਕਰਦਾ ਹੈ ਲੋਕਾਂ ਨੇ। ਮੰਨ ਲਓ ਅਗਰ ਮਾਰਕੀਟਿੰਗ ਲਾਈਨ ਹੈ ਤਾਂ ਕਿੰਨੇ ਜ਼ਿਆਦਾ ਆਪਾਂ ਨੂੰ ਉਹਨਾਂ ਨੂੰ ਚਾਪਲੂਸੀ ਕਰਨੀ ਪੈਂਦੀ ਹੈ, ਜਾਂ ਹੋਰ ਵੀ ਲਾਈਨ। ਤਾਂ ਤੁਸੀਂ ਦੇਖੋ ਨਾ ਉਹ ਕਿਉਂ ਕਰਦਾ, ਸਿਰਫ ਫੈਮਿਲੀ ਲਈ। ਸੈਂਟਰ ਪੁਆਇੰਟ ਕੀ ਹੈ? ਫੈਮਿਲੀ। ਉਸ ਤਰ੍ਹਾਂ ਰੱਬ ਲਈ ਤੁਸੀਂ ਚਾਹੁੰਦੇ ਹੋ ਤਾਂ ਈਜ਼ੀ ਹੈ ਸਭ ਕੁਝ। ਤੁਹਾਡੇ ਸਾਹਮਣੇ ਹੀ ਰਹਿ ਰਹੇ ਹਾਂ ਅਸੀਂ, ਤੁਸੀਂ ਦੇਖਿਆ ਸਾਰਾ ਮਾਡਲ, ਸਾਰੇ ਯੰਗ ਨੇ ਇੱਥੇ, ਬੱਚੇ ਉੱਠ ਰਹੇ ਹੈ, 9-9 ਸਾਲ ਦੇ, 8-8 ਸਾਲ ਦੇ ਬੱਚੇ ਉੱਠ ਰਹੇ ਹੈ। ਡਿਫੀਕਲਟ ਕੁਛ ਨਹੀਂ ਹੁੰਦਾ, ਡਿਫੀਕਲਟ ਕੀ ਹੈ? ਬਸ ਦਿਮਾਗ 'ਚ ਇੱਕ ਵਹਿਮ ਹੈ ਕਿ ਡਿਫੀਕਲਟ ਹੈ ਜੀ, ਹਾਂ ਬਿਨਾਂ ਬੱਤੀ ਤੋਂ ਕਿੱਦਾਂ ਰਹਾਂਗੇ। ਲੇਕਿਨ ਪੁਆਇੰਟ ਇਹ ਨਹੀਂ ਕਿ ਹਾਂ ਵੀ 25 ਸਾਲ ਪਹਿਲੇ ਕਿੱਥੇ ਸੀ ਬਿਜਲੀ, ਹੈਗੀ ਸੀ, ਹੈ ਹੀ ਨਹੀਂ। 30 ਸਾਲ ਪਹਿਲੇ ਇੰਡਸਟਰੀਅਲਾਈਜੇਸ਼ਨ ਹੋਈ ਹੈ ਨਾ, ਉਸ ਤੋਂ ਬਾਅਦ ਇਲੈਕਟ੍ਰਿਸਿਟੀ ਆਈ ਹੈ ਨਾ, ਉਹਦੇ ਆਪਾਂ ਆਪਣੀ ਜ਼ਿੰਦਗੀ ਜਿੱਦਾਂ ਮੋਡੀਫਾਈ ਕਰਦੇ ਹਾਂ ਉੱਦਾਂ ਬਣ ਜਾਂਦੀ ਹੈ। ਆਪਣਾ ਮਾਇੰਡ ਜਿੱਦਾਂ ਸੈਟਅਪ ਬਣਾਉਂਦੇ ਹਾਂ, ਆਪਣਾ ਮਾਇੰਡ ਉੱਦਾਂ ਸੈੱਟ ਹੋ ਜਾਂਦਾ। ਉਹ ਚੀਜ਼ ਹੈ ਨਾ, ਜਿੱਦਾਂ ਦੀ ਆਪਾਂ ਟ੍ਰੇਨਿੰਗ ਲਵਾਂਗੇ ਉੱਦਾਂ ਦੀ ਪੈ ਜਾਏਗੀ, ਠੀਕ ਹੈ। ਕਰਨਾ ਕੀ ਹੈ, ਜਿੱਦਾਂ ਸੂਰਜ, ਐਕਚੁਲੀ ਆਪਾਂ ਨੇਚਰ ਦੇ ਨਾਲ ਚੱਲਦੇ ਪਏ ਹਾਂ। ਜੇ ਤੁਸੀਂ ਨੇਚਰ ਦੇ ਨਾਲ ਚੱਲੋਗੇ ਤੁਹਾਡੀ ਬੋਡੀ ਵੀ ਹੈਲਦੀ ਰਹੇਗੀ, ਜੇ ਤੁਸੀਂ ਨੇਚਰ ਦੇ ਨਾਲ ਨਹੀਂ ਚੱਲੋਗੇ ਤੁਹਾਡੀ ਬੋਡੀ ਵੀ ਬਿਮਾਰ ਰਹੇਗੀ। ਇਸੇ ਤਰ੍ਹਾਂ 99.9% ਦੁਨੀਆ ਅੱਜ ਦੇ ਜ਼ਮਾਨੇ 'ਚ ਬਿਮਾਰ ਹੈ, ਹੈਲਦੀ ਨਹੀਂ ਤੀ, ਮੈਂਟਲੀ ਤਾਂ ਬਿਮਾਰ ਹੈ ਨਾ। ਕਿਉਂ? ਕਿਉਂਕਿ ਸੂਰਜ ਦੇ ਨਾਲ ਉਹ ਉੱਠਦੇ ਨਹੀਂ, ਸੂਰਜ ਦੇ ਨਾਲ ਸੌਂਦੇ ਨਹੀਂ ਨੇਚਰ ਨਾਲ। ਰਾਤੀ 1-1 ਵਜੇ ਤੱਕ ਜਾਗਦੇ ਲੋਕੀ, ਲੇਕਿਨ ਰਾਤੀ ਜਾਗਣ ਦਾ ਸਮੇਂ ਥੋੜ੍ਹਾ ਨਾ, ਸੌਣ ਦਾ ਸਮੇਂ। ਜਦੋਂ ਮਸ਼ੀਨ ਹੈ, ਇੱਕ ਮਸ਼ੀਨ ਹੈ, ਇਹਨੂੰ ਕਿੰਨਾ ਕੁ ਘਸੀਟੋਗੇ? ਘਸੀਟੀ ਜਾ ਰਹੇ, ਘਸੀਟੀ ਜਾ ਰਹੇ, ਘਸੀਟੀ ਜਾ ਰਹੇ, ਠੀਕ ਹੈ। ਪਰ ਜਾਨਵਰਾਂ ਨੂੰ ਸਮਝ ਹੈ ਕਿ ਸੂਰਜ ਦੇ ਡੁੱਬਣ ਨਾਲ ਸਾਨੂੰ ਵੀ ਸੌਣਾ ਚਾਹੀਦਾ, ਠੀਕ ਹੈ। ਸੂਰਜ ਦੇ ਉੱਠਣ ਨਾਲ ਸਾਨੂੰ ਵੀ ਉੱਠਣਾ ਚਾਹੀਦਾ, ਲੇਕਿਨ ਅਸੀਂ ਉਹ ਵੀ ਕਹਿ ਸਕਦੇ ਹੋ, ਕੋਈ ਉਹ ਨੀ ਹੈ ਨਾ, ਮਤਲਬ ਇੱਕ ਮੈਸੇਜ ਨੀ ਜਾ ਰਿਹਾ ਨਾ ਕਿਸੇ ਨੂੰ। ਪੰਜਾਬ ਦੇ ਵਿੱਚ ਕਿੰਨੇ ਮਤਲਬ ਸੌਂਗ ਜਿਹੜੇ ਬਣਾ ਰਹੇ ਨੇ, ਉਹ ਬੰਦੇ ਨੂੰ ਉੱਪਰ ਚੱਕਣ ਵਾਲੇ ਸੌਂਗ ਨੇ ਨਾ,
ਮੁੰਡੇ ਕੀ ਕਰਦੇ ਆ, ਸੌਂਗ ਸੁਣ ਕੇ ਤਾਂ ਬੰਦੂਕ ਕੱਢ ਕੇ ਗੋਲੀ ਮਾਰਦੇ ਆ ਸਿੱਧਾ, ਨਸ਼ੇ ਕਰ ਰਹੇ ਆ। ਅਖਬਾਰਾਂ ਅਖਬਾਰਾਂ ਪੜ੍ਹਦੇ ਹੋ ਤੁਸੀਂ? ਅਖਬਾਰ ਵੀ ਨੀ ਪੜ੍ਹਦੇ? ਸਹੀ ਹੈ। ਤਾਂ ਉਹ ਕੀ ਹੋ ਰਿਹਾ? ਇਹ ਸੌਂਗ ਕਰਕੇ ਤਾਂ ਹੋ ਰਿਹਾ, ਗਾਣੇ ਚੱਲ ਰਹੇ ਨੇ ਜਿਹੜੇ ਕੀ ਕਾਲੀ ਦੁਨਾ ਵਾਲੀ ਗੱਡੀ ਦੇ ਸ਼ੀਸ਼ੇ ਕਾਲੇ ਮੇਰੇ ਪਿੱਛੇ ਪਿੱਛੇ ਲੱਗੇ 24 ਘੰਟੇ ਪੁਲਿਸ ਵਾਲੇ, ਇਹ ਕਿਆ ਹੈ? ਕਿਆ ਕੀ ਹੈ ਬੰਦਾ? ਕੀ ਬੋਲੇ ਕਿਤੇ ਇੱਕ ਵਾਰੀ ਦੁਬਾਰਾ ਕਰਨਾ, ਬਸ ਹੋ ਗਿਆ ਇਤਨੇ ਮੈਂ ਇਤਨੇ ਹੀ ਲੇ ਆਜ ਤੱਕ ਤੇ ਖਬਰ ਇੱਕੋ ਵਾਰੀ ਆਂਦੀ। ਉਹਦਾ ਕੀ ਹੈ ਸੁਣ ਕੇ ਕੀ ਕਰੇਗਾ ਮੁੰਡਾ? ਦੱਸਿਆ ਪੁਆਇੰਟ ਹੈ ਨਾ, ਇਜਾਜ਼ਤ ਲੈ ਗਈ। ਹਾਂਜੀ ਇਜਾਜ਼ਤ ਲੈ ਗਈ। ਇਜਾਜ਼ਤ ਲੈਣੀ ਠੀਕ ਹੈ, ਲਓ ਇਜਾਜ਼ਤ ਸਾਨੂੰ ਲੈਣੀ ਪੈਣੀ ਅਸੀਂ ਬੋਲੀਏ। ਬਹੁਤ ਬਹੁਤ ਸ਼ੁਕਰੀਆ ਬਸ ਸਾਡੇ ਨਾਲ ਸਾਂਝਾ ਕਰਨ ਦੇ ਲਈ। ਠੀਕ ਚਲੋ ਚੰਗਾ ਜੀ, ਗੁੱਡ ਨਾਈਟ। ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ। ਲਾਈਟਾਂ ਹੀ ਬੰਦ ਕਰੋ, ਕੈਮਰੇ ਨਾ ਬੰਦ ਕਰਨਾ, ਲਾਈਟਾਂ ਬੰਦ ਕਰੋ। ਜੈ ਹੋ ਜੈ ਹੋ ਜੈ ਹੋ ਚਲੋ।